ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਦੋਸਤੋ, ਇਹ ਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ। ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰ ਤੇ ਦਾਨਸ਼ਵਰ ਦੋਸਤੋ, ਤੁਹਾਡੀ ਖਿਦਮਤ ਚ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੇਰੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਆਪ ਜੀ ਦਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਕਵੀ ਸ਼੍ਰੀ ਗੁਰਸੇਵਕ ਸਿੰਘ ਢਿੱਲੋਂ ਜੀ। ਪੰਜਾਬੀ ਕਾਵਧਾਰਾ ਵਿਚ ਕਵੀ ਸ਼੍ਰੀ ਇਕ ਪੁਰਾਤਨ ਸਮੇਂ ਦੀ ਕਾਵਿ ਵੰਨਗੀ ਹੈ। ਆਮ ਤੌਰ ਤੇ ਧਾਰਮਿਕ ਤੇ ਸਭਿਆਚਾਰਕ ਪੇਂਡੂ ਮੇਲਿਆਂ ਵਿਚ ਕਿਸੇ ਸਮੇਂ ਕਵੀਸ਼ਰਾਂ ਤੇ ਢਾਡੀਆਂ ਦੀ ਕਾਫ਼ੀ ਚੜ੍ਹਤ ਰਹੀ ਹੈ। ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੇ ਜਥਿਆਂ ਦੇ ਪੁਰਾਣੇ ਗੀਤ ਕਿਉਂ ਫੜੀ ਸਿਪਾਹੀਆਂ ਨੇ ਭੈਣੋ, ਇਹ ਹੰਸਾਂ ਦੀ ਜੋੜੀ ਬਹੁਤ ਹੀ ਕਵੀਸ਼ਰੀ ਦਾ ਪ੍ਰਸਿੱਧ ਰਿਕਾਰਡ ਸਾਬਤ ਹੋਇਆ ਸੀ। ਪੰਜਾਬ ਦੀਆਂ ਸੱਥਾਂ ਵਿਚ ਇਹ ਰਿਕਾਰਡ ਗੂੰਜਦੇ ਰਹੇ ਸਨ। ਗੁਰਸੇਵਕ ਸਿੰਘ ਢਿੱਲੋਂ ਜੀ ਨੇ ਕਵੀਸ਼ਰੀ ਨਾਲ ਸੰਬੰਧਿਤ 3 ਪੁਸਤਕਾਂ ਵੀ ਛਾਪੀਆਂ ਨੇ। ਉਨ੍ਹਾਂ ਦਾ ਕਵੀਸ਼ਰੀ ਜਥਾ ਦੇਸ਼ ਅਤੇ ਵਿਦੇਸ਼ ਵਿਚ ਕਵੀਸ਼ਰੀ ਸਰਵਣ ਕਰਵਾਉਣ ਦਾ ਮਾਣ ਹਾਸਲ ਰੱਖਦਾ ਹੈ। ਉਨ੍ਹਾਂ ਪਾਸੋਂ ਕਵੀਸ਼ਰੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਗੁਰਸੇਵਕ ਢਿੱਲੋਂ ਜੀ ਮੇਰੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਹਨ। ਮੈਂ ਉਹਨਾਂ ਨੂੰ ਆਪਣੇ ਵੱਲੋਂ, ਅਦਾਰਾ ਚੰਨ ਪਰਦੇਸੀ ਵੱਲੋਂ ਅਤੇ ਦੇਸ਼ ਵਿਦੇਸ਼ ਵਿਚ ਸੂਝਵਾਨ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤੇ ਸਮਾਂ ਦੇਣ ਲਈ ਧੰਨਵਾਦ। ਗੁਰਸੇਵਕ ਸਿੰਘ ਢਿੱਲੋਂ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਜੀ ਕੀ ਕਹਿਣਾ ਚਾਹੋਗੇ ਜੀ? ਮਾਨ ਸਾਹਿਬ, ਸਭ ਤੋਂ ਪਹਿਲਾਂ ਮੈਂ ਰੇਡੀਓ ਚੰਨ ਪਰਦੇਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੇ ਵੱਡੇ ਮੰਚ ਦੇ ਉੱਤੇ ਇਸ ਕਾਬਲ ਸਮਝ ਕੇ ਤੇ ਮੈਨੂੰ ਮੌਕਾ ਦਿੱਤਾ ਔਰ ਜਿਹੜੇ ਵੀ ਸਰੋਤਾ ਜਨ ਇਸ ਚੰਨ ਪਰਦੇਸੀ ਰੇਡੀਓ ਨੂੰ ਸੁਣ ਰਹੇ ਹਨ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਗੁਣ ਨਹੀਂ ਪਰ ਫਿਰ ਵੀ ਮੈਨੂੰ ਸਾਰੇ ਸੁਣ ਰਹੇ ਹਨ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮਿਹਰਬਾਨੀ। ਗੁਰਸੇਵਕ ਸਿੰਘ ਜੀ, ਪਤਾ ਲੱਗਾ ਵੀ ਤੁਹਾਡਾ ਕਵੀਸ਼ਰੀ ਜਥਾ 20-22 ਸਾਲਾਂ ਤੋਂ ਸਰੋਤਿਆਂ ਦੀ ਕਵੀਸ਼ਰੀ ਨਾਲ ਸੇਵਾ ਨਿਭਾ ਰਿਹਾ। ਤੁਹਾਡੇ ਕੋਲੋਂ ਪੁੱਛ ਲਈਏ ਸਰੋਤਿਆਂ ਦੀ ਖਾਤਰ ਕਿ ਕਵੀਸ਼ਰੀ ਵਾਲੇ ਪਾਸੇ ਆਉਣ ਦਾ ਸਬੱਬ ਕਿਵੇਂ ਬਣਿਆ ਔਰ ਇਹ ਕਦੋਂ ਤੋਂ ਤੁਹਾਡਾ ਬੇਸ਼ੱਕ ਇੰਨਾ ਪੁਰਾਣਾ 20-22 ਸਾਲਾਂ ਦਾ ਇਹਦੇ ਨਾਲ ਵਾਹ ਵਾਸਤਾ ਰਿਹਾ, ਸੋ ਆਪਣੀ ਗੱਲ ਸਾਂਝੀ ਕਰੋ ਜੀ। ਦੇਖੋ ਮਾਨ ਸਾਹਿਬ, ਇਸ ਤਰ੍ਹਾਂ ਗੱਲ ਇਹ ਕਿ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ, ਪੂਰਬ ਕਰਮ ਅੰਕਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਮਨੁੱਖ ਦਾ ਕੋਈ ਪੂਰਬਲਾ ਕਰਮ ਜਾਗਦਾ ਹੈ ਤੇ ਉਸ ਵਕਤ ਕੋਈ ਨਾ ਕੋਈ ਵਿਦ ਬਣ ਜਾਂਦੀ ਏ। ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ
ਮੇਰਾ ਕਸੇਲ ਪਿੰਡ ਪੈਂਦਾ, ਜਿੱਥੋਂ ਦੇ ਬਹੁਤ ਵੱਡੇ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਜੀ ਕਸੇਲ, ਉਹ ਮੇਰੇ ਚਾਚੇ ਤਾਇਆਂ ਦੇ ਵਿੱਚੋਂ ਹੀ ਨੇ ਤੇ ਉਹਨਾਂ ਨੇ ਬੜਾ ਵੱਡਾ ਨਾਂ ਕਮਾਇਆ। ਤੇ ਸਾਡੇ ਪਿੰਡ ਦੇ ਵਿੱਚ 3 ਦਿਨਾਂ ਦਾ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਅਪ੍ਰੈਲ ਮਹੀਨੇ ਦੇ ਵਿੱਚ, ਗਦਰੀ ਬਾਬਿਆਂ ਦਾ ਮੇਲਾ। ਉਸ ਮੇਲੇ ਦੇ ਵਿੱਚ ਮੈਨੂੰ ਛੋਟੇ ਹੁੰਦੇ ਨੂੰ ਮੇਰਾ ਮਾਤਾ ਤੇ ਪਿਤਾ ਲੈ ਜਾਂਦੇ ਸੀ, ਉੱਥੇ ਢਾਡੀ ਕਵੀਸ਼ਰ ਆਪਣੀਆਂ ਵਾਰਾਂ ਗਾਉਂਦੇ ਸੀ ਤੇ ਮੈਂ ਛੋਟਾ ਹੁੰਦਾ ਉਹਨਾਂ ਨੂੰ ਸੁਣਦਾ ਤੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਉਂਦੇ ਕਿ ਕਿਸੇ ਦਿਨ ਮੈਂ ਇਹਨਾਂ ਵਰਗਾ ਕਵੀਸ਼ਰ ਬਣੂੰਗਾ। ਤੇ ਹੌਲੀ ਹੌਲੀ ਫਿਰ ਮੈਨੂੰ ਇਹ ਚੇਤਕ ਲੱਗੀ ਉਹਨਾਂ ਢਾਡੀਆਂ ਨੂੰ ਸੁਣ ਕੇ, ਉਹਨਾਂ ਕਵੀਸ਼ਰਾਂ ਨੂੰ ਸੁਣ ਕੇ, ਜੋਗਾ ਸਿੰਘ ਜੋਗੀ ਕਵੀਸ਼ਰੀ ਦੇ ਬਾਬਾ ਬੋੜ, ਜਰਨੈਲ ਸਿੰਘ ਜੀ ਸਭਰਾਵਾਂ ਵਾਲੇ, ਔਰ ਉਸ ਵਕਤ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਬਹੁਤ ਬੁਲੰਦ ਆਵਾਜ਼ ਦੇ ਮਾਲਕ ਸਨ, ਉਹਨਾਂ ਨੂੰ ਸੁਣ ਕੇ ਤੇ ਮੈਨੂੰ ਇਹ ਚੇਤਕ ਲੱਗੀ। ਔਰ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਮੁਕਾਮ ਤੇ ਖੜਾ ਹੋਇਆ ਹਾਂ। ਬਹੁਤ ਖੁਸ਼ੀ ਹੋ ਰਹੀ ਹੈ। ਫਿਰ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ, ਤੁਹਾਡੀਆਂ ਪਤਾ ਲੱਗਿਆ ਵੀ 3 ਪੁਸਤਕਾਂ ਵੀ ਨੇ ਜਿਹੜੀਆਂ ਕਵੀਸ਼ਰੀ ਨਾਲ ਸੰਬੰਧਿਤ ਨੇ, ਜਿਹੜੀਆਂ ਪਾਠਕਾਂ ਕੋਲ ਪਹੁੰਚ ਚੁੱਕੀਆਂ ਨੇ, ਉਹਦਾ ਵੀ ਥੋੜਾ ਜਿਹਾ ਜ਼ਿਕਰ ਕਰਦੇ ਜਾਓ। ਹਾਂਜੀ, ਮੈਂ ਆਪਣੇ ਸਰੋਤਿਆਂ ਨੂੰ ਪਾਠਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੀਆਂ ਕਵੀਸ਼ਰੀ ਦੇ ਵਿੱਚ 3 ਪੁਸਤਕਾਂ, ਇੱਕ ਪੁਸਤਕ ਜਿਹੜੀ ਮੇਰੀ ਸਭ ਤੋਂ ਪਹਿਲਾਂ ਆਈ ਉਸਦਾ ਨਾਂ ਹੈ ਪੂਰਨ ਭਗਤ ਦਾ ਕਿੱਸਾ ਕਵੀਸ਼ਰੀ ਚੰਦਾਬੰਦੀ ਕਵਿਤ ਤੇ ਬੈਂਤਾਂ ਦੇ ਵਿੱਚ। ਉਹ ਮੇਰੀ ਤਕਰੀਬਨ 100 ਤੋਂ ਉੱਪਰ ਪੇਜਾਂ ਦੀ ਕਿਤਾਬ, ਜਿਹੜੀ ਬਹੁਤ ਪ੍ਰਫੁੱਲਿਤ ਹੋਈ ਔਰ 1000 ਕਿਤਾਬ ਪਹਿਲਾਂ ਛਪੀ ਉਹ ਸਾਰੀ ਵਿਕ ਗਈ। ਉਸ ਤੋਂ ਬਾਅਦ ਦੇ ਵਿੱਚ 1000 ਕਿਤਾਬ ਹੋਰ ਛਪੀ। ਹੁਣ ਮੈਂ ਤੀਸਰੀ ਵਾਰ ਉਹਨੂੰ ਛਪਾਉਣ ਲਈ ਤਿਆਰ ਹਾਂ। ਦੂਸਰੀ ਕਿਤਾਬ ਮੇਰੀ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ, ਅਖੀਰਲਾ ਸਮਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਵਿਛੋੜੇ ਦਾ ਦਰਦ, ਜਦੋਂ ਸਾਨੂੰ ਪੰਜਾਬ ਦਾ ਮਹਾਰਾਜਾ ਛੱਡ ਕੇ ਚਲੇ ਗਿਆ ਸੀ, ਇਹ ਸੋਚਦੇ ਹਾਂ ਕਿ ਪੰਜਾਬ ਦਾ ਸੂਰਜ ਜਿਹੜਾ ਡੁੱਬ ਗਿਆ ਉਸ ਵਕਤ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਆ, ਉਹ ਸਾਰਾ ਹਾਲ ਜਿਹੜਾ ਵਾ ਉਸ ਕਿਤਾਬ ਦੇ ਵਿੱਚ ਦਿੱਤਾ ਗਿਆ। ਤੀਸਰੀ ਕਿਤਾਬ ਮੇਰੀ ਜਿਹੜੀ ਹੁਣੇ ਹੁਣੇ ਬਹੁਤ ਵੱਡੇ ਜਿਹੜੇ ਨਾਮੀ ਇਨਸਾਨ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਪੰਜਾਬ ਦੇ ਵਿੱਚ, ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਉਹਨਾਂ ਨੇ ਆਪਣੇ ਕਰਕਵਲਾਂ ਦੇ ਨਾਲ ਲੋਕ ਅਰਪਣ ਕੀਤੀ ਔਰ ਉਹਦੇ ਉੱਤੇ ਉਹਨਾਂ ਨੇ ਗੱਲ ਕੀਤੀ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਣਾਂ ਨੇ। ਉਹਦੇ ਵਿੱਚ ਤਕਰੀਬਨ 21 ਪ੍ਰਸੰਗ ਨੇ ਮੇਰੇ ਕਵੀਸ਼ਰੀ ਦੇ ਜਿਹੜੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨੇ, 10 ਗੁਰੂ ਸਾਹਿਬਾਨ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਨੇ, ਸ਼ਹੀਦਾਂ ਦੇ ਨਾਲ ਸੰਬੰਧਿਤ ਨੇ, ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਹਨ ਉਹਨਾਂ ਦੇ ਨਾਲ ਸੰਬੰਧਿਤ ਨੇ। ਔਰ ਇਸ ਪੁਸਤਕ ਦੇ ਵਿੱਚ ਬੈਕ ਸਾਈਡ ਦੇ ਉੱਤੇ ਮੈਂ ਊੜੇ ਤੋਂ ਲੈ ਕੇ ਡਾੜੇ ਤੱਕ 35 ਅੱਖਰੀ ਲਿਖੀ ਹੈ ਜਿਹੜੀ ਮਨੁੱਖ ਨੂੰ ਸਿੱਖਿਆ ਦਿੰਦੀ ਹੈ, ਔਰ 35 ਅੱਖਰੀ ਦੇ ਵਿੱਚ ਬਹੁਤ ਵੱਡੀ ਸਿੱਖਿਆ ਜਿਹੜੀ ਆ ਮਨੁੱਖ ਨੂੰ ਵੀ ਕਿਵੇਂ ਜੀਵਨ ਦੇ ਵਿੱਚ ਰਹਿਣਾ, ਕਿਵੇਂ ਸਮਾਜ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ, ਔਰ ਕਿਵੇਂ ਚੰਗੇ ਬਣਨਾ, ਮਾੜੇ ਨਹੀਂ ਬਣਨਾ, ਚੰਗੇ ਬਣਨਾ, ਇਹ ਸਿੱਖਿਆਵਾਂ ਉਹਦੇ ਵਿੱਚ ਦਿੱਤੀਆਂ ਗਈਆਂ। ਔਰ ਇਹ ਤਕਰੀਬਨ 300 ਪੇਜ ਦੀ ਮੇਰੀ ਕਿਤਾਬ ਹੈ ਜਿਹੜੀ ਲੇਖਕਾਂ ਵੱਲੋਂ, ਪਾਠਕਾਂ ਵੱਲੋਂ, ਬੁੱਧੀਜੀਵੀਆਂ ਵੱਲੋਂ, ਸਾਹਿਤਕਾਰਾਂ ਵੱਲੋਂ ਬਹੁਤ ਸਲਾਹੀ ਗਈ ਔਰ ਮੈਨੂੰ ਬੜਾ ਵੱਡਾ ਪਿਆਰ ਮਿਲਿਆ। ਔਰ ਇਸ ਤੋਂ ਬਿਨਾਂ
ਮੇਰੇ ਜਥੇ ਦੇ ਜਿਹੜੇ ਸਾਥੀ ਔਰ ਮੈਂ ਸਾਰਾ ਯੂਟਿਊਬ ਦੇ ਉੱਤੇ ਸਾਡੇ ਜਿਹੜੇ ਗਾਏ ਹੋਏ ਪ੍ਰਸੰਗ ਔਰ ਸਾਡੀਆਂ ਗਾਈਆਂ ਹੋਈਆਂ ਛੰਦਾ ਬੰਦੀ ਦੀਆਂ ਵਾਰਾਂ ਜਿਹੜੀਆਂ ਨੇ ਉਹ ਵੀ ਪਾਠਕਾਂ ਨੂੰ ਪ੍ਰਾਪਤ ਹੋ ਸਕਦੇ ਆ ਕਵੀਸ਼ਰ ਗੁਰਸੇਵਕ ਸਿੰਘ ਸਰਚ ਕਰਕੇ ਯੂਟਿਊਬ ਤੇ ਇਸ ਚੈਨਲ ਤੇ ਸੁਣ ਸਕਦੇ ਨੇ ਸਾਰੇ। ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੀਆਂ ਗੱਲਾਂ ਸੁਣ ਕੇ ਡਾਕਟਰ ਹਰਪਾਲ ਸਿੰਘ ਪੰਨੂ ਸਾਹਿਬ ਪੰਜਾਬੀ ਯੂਨੀਵਰਸਿਟੀ ਵਾਲੇ ਵਾਕਿਆ ਹੀ ਅੱਜ ਦੇ ਉੱਚ ਕੋਟੀ ਦੇ ਸਾਹਿਤਕਾਰਾਂ ਵਿੱਚੋਂ ਇੱਕ ਨੇ ਔਰ ਉਹਨਾਂ ਦਾ ਕਿਸੇ ਕਿਤਾਬ ਬਾਰੇ ਆਪਣਾ ਬਿਆਨ ਲਿਖਣਾ ਇਹ ਆਪਣੇ ਆਪ ਵਿੱਚ ਇੱਕ ਜ਼ਿਕਰ ਯੋਗ ਗੱਲ ਹੈ ਔਰ ਬੜੀ ਖੁਸ਼ੀ ਵਾਲੀ ਗੱਲ ਹੈ। ਤੁਹਾਡੇ ਕੋਲੋਂ ਇਹਦੀਆਂ ਥੋੜੀਆਂ ਥੋੜੀਆਂ ਵਨਗੀਆਂ ਵੀ ਤੁਹਾਡੀ ਕਵੀਸ਼ਰੀ ਦੀਆਂ ਸੁਣਨਾ ਚਾਹਵਾਂਗੇ ਕਿਉਂਕਿ ਜਿਹੜੀ ਖਾਸ ਕਰਕੇ ਪਿਛਲੇ ਦੋ ਤਿੰਨ ਦਹਾਕਿਆਂ ਦਾ ਜਾਂ ਚਾਰ ਦਹਾਕਿਆਂ ਦਾ ਮੈਂ ਕਹਾਂਗਾ ਜਿਹੜੇ ਪਾਠਕ ਨੇ ਜਾਂ ਸਰੋਤੇ ਨੇ ਉਹਨਾਂ ਨੂੰ ਜਿਵੇਂ ਪੁਰਾਤਨ ਸਮੇਂ ਵਿੱਚ ਮੈਂ ਵੀ ਅਰਜ਼ ਕੀਤਾ ਸੀਗਾ ਜਿਵੇਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਹੋਣਾ ਦੇ ਰਿਕਾਰਡ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਵਰਗੀਆਂ ਜਿਹੜੀਆਂ ਕੀਮਤੀ ਕਵੀਸ਼ਰੀ ਦੀਆਂ ਵਨਗੀਆਂ ਸੀਗੀਆਂ ਉਸ ਵੇਲੇ ਲੋਕ ਸੁਣਦੇ ਸਨ ਲੇਕਿਨ ਇਹ ਪਿਛਲੇ ਕੋਈ ਚਾਰ ਕੁ ਦਹਾਕਿਆਂ ਤੋਂ ਮੈਨੂੰ ਇਹ ਲੱਗਦਾ ਵੀ ਕਵੀਸ਼ਰੀ ਦਾ ਹਰਮਨ ਪਿਆਰਾ ਜਿਹੜਾ ਇੱਕ ਆਪਣਾ ਇੱਕ ਪੁਰਾਣਾ ਬਣਿਆ ਹੋਇਆ ਖਾਸ ਕਰਕੇ ਧਾਰਮਿਕ ਸਮਾਗਮਾਂ ਵਿੱਚ ਉਹਨਾਂ ਦਾ ਹਿੱਸਾ ਲੈਣ ਦਾ ਇਸ ਕਿਸਮ ਦਾ ਸ਼ਾਇਦ ਉਹ ਉਹਨਾਂ ਸਮਾਜ ਦੇ ਵਿੱਚ ਉਹਨਾਂ ਸ਼ਾਇਦ ਪਾਪੂਲਰ ਨਹੀਂ ਜਿੰਨਾ ਹੋਣਾ ਚਾਹੀਦਾ ਪਰ ਤੁਹਾਡੇ ਕੋਲੋਂ ਜਾਣਨਾ ਚਾਹਵਾਂਗੇ ਜੀ। ਮੈਂ ਇਸ ਤਰ੍ਹਾਂ ਸਮਝਦਾ ਜੀ ਕਿ ਕਵੀਸ਼ਰੀ ਦੇ ਪਿੰਡ ਦੇ ਵਿੱਚ ਜੇ ਮਾਲਵੇ ਦੀ ਗੱਲ ਕਰੀਏ ਤੇ ਉੱਥੇ ਬਾਬੂ ਰਜਬ ਅਲੀ ਸ਼ਾਹ ਨੇ ਬਹੁਤ ਵੱਡੇ ਝੰਡੇ ਜਿਹੜੇ ਕਵੀਸ਼ਰੀ ਦੇ ਗੱਡੇ ਹਨ। ਬਿਲਕੁਲ ਜੇ ਮਾਝੇ ਦੀ ਗੱਲ ਕਰੀਏ ਬਾਪੂ ਜੋਗਾ ਸਿੰਘ ਜੋਗੀ ਉਹਨਾਂ ਨੇ ਬਹੁਤ ਵੱਡੇ ਝੰਡੇ ਜਿਹੜੇ ਗੱਡੇ ਹਨ ਔਰ ਆਪਣੇ ਸ਼ਗਿਰਦ ਬਹੁਤ ਉਹਨਾਂ ਨੇ ਅੱਗੋਂ ਤਿਆਰ ਕੀਤੇ। ਜੇ ਇਸੇ ਤਰ੍ਹਾਂ ਹੀ ਇੱਥੇ ਆਪਾਂ ਦੁਆਬੇ ਦੀ ਗੱਲ ਕਰ ਲਈਏ ਜਾਂ ਆਪਾਂ ਸਮੁੱਚੇ ਪੰਜਾਬ ਦੀ ਗੱਲ ਕਰ ਲਈਏ ਸਾਡੇ ਇੱਥੇ ਨਾਮਧਾਰੀ ਸੰਪਰਦਾ ਦੇ ਵਿੱਚ ਕਵੀਸ਼ਰ ਜੀਵਨ ਸਿੰਘ ਬਹੁਤ ਵੱਡੇ ਕਵੀਸ਼ਰ ਹੋਏ ਹਨ। ਬਾਪੂ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਵੱਡੇ ਸ਼ਾਇਰ ਸਨ ਵੱਡੇ ਕਵੀਸ਼ਰ ਸਨ। ਇਹ ਵੀ ਰਚਨਾ ਉਹਨਾਂ ਦੀ ਲਿਖੀ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਇਹ ਵੀ ਰਚਨਾ ਉਹਨਾਂ ਦੀ ਹੈ। ਮੈਂ ਸਮਝਦਾ ਕਿ ਅਸੀਂ ਉਹਨਾਂ ਸ਼ਾਇਰਾਂ ਨੂੰ ਉਹਨਾਂ ਕਵੀਸ਼ਰਾਂ ਨੂੰ ਹੀ ਪੜ੍ਹ ਪੜ੍ਹ ਕੇ ਤੇ ਸੁਣ ਸੁਣ ਕੇ ਵੱਡੇ ਹੋਏ ਹਾਂ ਤੇ ਸਾਡੇ ਖੂਨ ਦੇ ਵਿੱਚ ਵੀ ਕਵੀਸ਼ਰੀ ਕਰਨ ਦੀ ਜਿਹੜੀ ਲਾਲਸਾ ਇਹ ਪੈਦਾ ਹੋਈ ਉਹਨਾਂ ਨੂੰ ਸੁਣ ਕੇ ਵੱਡਿਆਂ ਨੂੰ ਔਰ ਉਹਨਾਂ ਦੀ ਜਿਹੜੀ ਕਵੀਸ਼ਰੀ ਆ ਉਹ ਮੈਂ ਸਮਝਦਾ ਕਿ ਬੁਲੰਦ ਜਿਹੜੀ ਰਹਿਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ। ਸਾਨੂੰ ਉਹਨਾਂ ਨੂੰ ਪੜ੍ਹਨਾ ਚਾਹੀਦਾ ਵੱਧ ਤੋਂ ਵੱਧ। ਸਾਡੀ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਆ ਉਹ ਬਾਪੂ ਕਰਨੈਲ ਸਿੰਘ ਪਾਰਸ ਰਾਮੂ ਵਾਲੀਏ ਨੂੰ ਪੜ੍ਹੇ ਜੋਗਾ ਸਿੰਘ ਜੋਗੀ ਹੋਣਾ ਨੂੰ ਪੜ੍ਹੇ ਜਿੰਨੇ ਵੱਡੇ ਕਵੀਸ਼ਰ ਆ ਗਿਆਨੀ ਸੋਹਣ ਸਿੰਘ ਸੀਤਲ ਗਿਆਨੀ ਦਇਆ ਸਿੰਘ ਦਿਲਬਰ ਇਹਨਾਂ ਲੋਕਾਂ ਨੂੰ ਜਦੋਂ ਅਸੀਂ ਪੜ੍ਹਾਂਗੇ ਤੇ ਸਾਡੇ ਗਿਆਨ ਦੇ ਵਿੱਚ ਤਾਂ ਵਾਧਾ ਹੋਵੇਗਾ ਹੀ ਤੇ ਅਸੀਂ
ਸੰਸਾਰ ਦੇ ਵਿੱਚ ਚੰਗੇ ਪਾਸੇ ਲੱਗਾਂਗੇ ਔਰ ਸਾਡੇ ਗਿਆਨ ਦੇ ਵਿੱਚ ਵਾਧਾ ਹੋ ਕੇ ਔਰ ਅਸੀਂ ਕਿਸੇ ਮੁਕਾਮ ਦੇ ਉੱਤੇ ਜ਼ਿੰਦਗੀ ਦੇ ਵਿੱਚ ਪਹੁੰਚ ਸਕਦੇ ਹਾਂ। ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਸਾਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਔਰ ਇਹਨਾਂ ਦੀ ਇਤਿਹਾਸ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ ਤਾਂ ਕਿ ਜੀਵਨ ਦੇ ਵਿੱਚ ਸਿਆਣੇ ਬਣ ਸਕੀਏ, ਚੰਗੇ ਬਣ ਸਕੀਏ। ਗਿਆਨੀ ਸੋਹਣ ਸਿੰਘ ਸੀਤਲ ਵੱਡੇ ਲੇਖਕ ਸਨ, ਇਹਦੇ 'ਚ ਕੋਈ ਸ਼ੱਕ ਨਹੀਂ, ਔਰ ਉਹਨਾਂ ਨੇ ਆਪਣੇ ਕਲਮ ਨਾਲ ਤਕਰੀਬਨ 3 ਦਰਜਨ ਦੇ ਕਰੀਬ ਪੁਸਤਕਾਂ ਛਪਵਾਈਆਂ ਔਰ ਉਹ ਬਹੁਤ ਵੱਡੀਆਂ ਵੱਡੀਆਂ ਕਾਨਫਰੰਸਿਸ ਦੇ ਵਿੱਚ ਉਹ ਆਪਣਾ ਢਾਡੀ ਜਥਾ ਦੇ ਨਾਲ ਪਹੁੰਚਦੇ ਸਨ। ਔਰ ਮੈਨੂੰ ਆਪਣੇ ਤੌਰ ਦੇ ਉੱਪਰ ਜਦੋਂ ਮੈਨੂੰ ਕਾਲਜ ਦੇ ਪ੍ਰਿੰਸੀਪਲ ਦੇ ਤੌਰ ਤੇ ਉੱਪਰ ਕੰਮ ਕਰਨ ਦਾ ਮੌਕਾ ਬਣਿਆ ਸੀ ਤੇ ਮੈਂ ਸੋਹਣ ਸਿੰਘ ਸੀਤਲ ਹੋਣਾ ਨੂੰ ਕਾਲਜ ਦੇ ਮੰਚ ਦੇ ਉੱਪਰ ਬੁਲਾਇਆ ਸੀ ਉਹਨਾਂ ਨੂੰ, ਔਰ ਸੋਹਣ ਸਿੰਘ ਸੀਤਲ ਹੋਣੀ ਕਹਿੰਦੇ ਸਨ ਕਿ ਮੈਨੂੰ ਬਹੁਤ ਵੱਡੀਆਂ ਵੱਡੀਆਂ ਥਾਵਾਂ ਦੇ ਉੱਪਰ ਜਾਣ ਦਾ ਮੌਕਾ ਬਣਿਆ ਅਕਾਲੀ ਕਾਨਫਰੰਸਿਸ ਵਿੱਚ ਹੋਰ ਥਾਵਾਂ ਦੇ ਉੱਪਰ, ਲੇਕਿਨ ਮੈਨੂੰ ਯੂਨੀਵਰਸਿਟੀ ਜਾਂ ਕਾਲਜਾਂ ਦੇ ਵਿੱਚ ਕਦੇ ਆਉਣ ਦਾ ਸਮਾਂ ਨਹੀਂ ਬਣਿਆ। ਅੱਜ ਪਹਿਲੀ ਵਾਰੀ ਮੈਨੂੰ ਇੰਨੀ ਖੁਸ਼ੀ ਹੋਈ ਹੈ ਨੌਜਵਾਨ ਮੁੰਡੇ ਕੁੜੀਆਂ ਦੇ ਸਾਹਮਣੇ ਆਪਣਾ ਅੱਜ ਦਾ ਜਿਹੜਾ ਮੇਰਾ ਕੀਰਤਨ ਹੈ ਉਹ ਰੱਖਣ ਵਾਸਤੇ। ਮੈਂ ਫੁੱਲਿਆ ਨਹੀਂ ਸਮਾ ਰਿਹਾ ਕਿ ਜਿਨ੍ਹਾਂ ਨੂੰ ਮੈਂ ਲੋਕਾਂ ਨੂੰ ਜਿਨ੍ਹਾਂ ਖਾਸ ਕਰਕੇ ਯੂਥ ਦੇ ਲੋਕਾਂ ਨੂੰ ਮੈਂ ਇੰਨੀ ਦੇਰ ਤੋਂ ਲੱਭਦਾ ਪਿਆ ਸੈਂ, ਉਹ ਅੱਜ ਪਹਿਲੀ ਵਾਰੀ ਮੈਨੂੰ ਉਹਨਾਂ ਨੂੰ ਤੁਹਾਡੇ ਕਾਲਜ ਦੀ ਸਟੇਜ ਦੇ ਉੱਪਰ ਮੈਨੂੰ ਉਹਨਾਂ ਨੂੰ ਵੇਖਣ ਦਾ ਮੌਕਾ ਮਿਲਿਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਰਗੇ ਲੋਕ ਜਿਹੜੇ ਹੈਗੇ ਨੇ ਜੇ ਨੌਜਵਾਨਾਂ ਦੇ ਲਿਖਤਾਂ ਵਿੱਚ, ਨੌਜਵਾਨਾਂ ਦੀ ਪੜ੍ਹਤ ਵਿੱਚ, ਨੌਜਵਾਨਾਂ ਦੇ ਖਿਆਲਾਂ ਵਿੱਚ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਜੇ ਉਹ ਸਮਾਉਣ ਲੱਗ ਪੈਣ ਤਾਂ ਸਾਡੇ ਸੱਭਿਆਚਾਰਕ ਹਾਲਾਤ ਜਿਹੜੇ ਹੈਗੇ ਨੇ ਬਹੁਤ ਖੁਸ਼ਗਵਾਰ ਹੋ ਸਕਦੇ ਨੇ, ਇਹ ਸੋਹਣ ਸਿੰਘ ਸੀਤਲ ਹੋਣਾ ਨੇ ਸਾਡੀ ਸਟੇਜ ਦੇ ਉੱਪਰ ਕਿਹਾ ਸੀ। ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਬਹੁਤ ਸ਼ਾਨਦਾਰ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹੋ। ਮੈਂ ਚਾਹਾਂਗਾ ਹੁਣ, ਮੇਰਾ ਖਿਆਲ ਹੈ ਸਰੋਤਿਆਂ ਦੀ ਇਹ ਹੁਣ ਤੱਕ ਦੀ ਇਹ ਖਿਆਲ ਵੀ ਹੋਏਗਾ ਕਿ ਤੁਹਾਡੀ ਕਵੀਸ਼ਰੀ ਦਾ ਕੋਈ ਨਾ ਕੋਈ ਰੰਗ ਜਿਹੜਾ ਹੈਗਾ ਉਹਨਾਂ ਨੂੰ ਸੁਣਨ ਨੂੰ ਮੌਕਾ ਮਿਲੇ। ਸੋ ਜਿਹੜੀਆਂ ਤੁਹਾਡੀਆਂ ਪੁਸਤਕਾਂ ਨੇ ਉਹਨਾਂ ਦੇ ਹਵਾਲੇ ਨਾਲ ਜਾਂ ਜੋ ਵੀ ਤੁਸੀਂ ਅੱਜ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਮੰਚ ਹਾਜ਼ਰ ਹੈ ਜੀ। ਜੀ ਮਾਨ ਸਾਹਿਬ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕਵੀਸ਼ਰੀ ਦੇ ਵਿੱਚ 9 ਰਸ ਹੁੰਦੇ ਹਨ ਔਰ ਇਹਨਾਂ 9 ਰਸਾਂ ਦੇ ਵਿੱਚੋਂ ਬਹੁਤ ਸਾਰੇ ਕਵੀਸ਼ਰ ਇਹਨਾਂ 9 ਰਸਾਂ ਦੇ ਵਿੱਚ ਹੀ ਕਵੀਸ਼ਰੀ ਜਿਹੜੀ ਆਪਣੀ ਲਿਖਦੇ ਹਨ ਔਰ ਬਹੁਤ ਸਾਰੇ ਕਵੀਸ਼ਰ ਕੁਝ ਇਹਨਾਂ ਦੇ ਵਿੱਚੋਂ ਕੁਝ 94 ਰਸਾਂ ਦੇ ਵਿੱਚ ਕਵੀਸ਼ਰੀ ਲਿਖਦੇ ਹਨ। ਮੈਂ ਦੱਸਣਾ ਚਾਹੁੰਦਾ ਕਿ ਕਵੀਸ਼ਰੀ ਦੇ 9 ਰਸਾਂ ਦੇ ਵਿੱਚੋਂ ਇੱਕ ਰਸ ਜਿਹੜਾ ਉਹ ਹੈ ਸ਼ਿੰਗਾਰ ਰਸ ਜੀ। ਸ਼ਿੰਗਾਰ ਰਸ ਪ੍ਰਤੀਕ ਪਿਆਰ ਦਾ ਹੈ ਔਰ ਇਹ ਸੀਨਾ ਠਾਰਦਾ ਹੈ ਤੇ ਜਦੋਂ ਅਸੀਂ ਪਿਆਰ ਜਿਤਾਉਣਾ ਹੋਵੇ ਕਿਸੇ ਦੇ ਨਾਲ ਤੇ ਉਸ ਅਸੀਂ ਸ਼ਿੰਗਾਰ ਰਸ ਦੇ ਵਿੱਚ ਕਵਿਤਾ ਲਿਖ ਕੇ ਤੇ ਇਹ ਆਪਣੇ ਮਨ ਦੀ ਗੱਲ ਜਿਹੜੀ ਆ ਉਹ ਕਹਿ ਸਕਦੇ ਹਾਂ। ਉਸ ਤੋਂ ਬਾਅਦ ਚ ਬੀਰ ਰਸ
ਬੀਰ ਰਸ ਦੇ ਨਾਲ ਜਦੋਂ ਅਸੀਂ ਬੀਰ ਰਸ ਕਵਿਤਾ ਲਿਖ ਕੇ ਬੀਰ ਰਸ ਚ ਕਵਿਤਾ ਸੁਣਾਉਣੇ ਆ ਤੇ ਸਾਡੇ ਹੌਸਲੇ ਬੁਲੰਦ ਹੁੰਦੇ ਆ, ਸਾਡੀਆਂ ਸੁੱਤੀਆਂ ਹੋਈਆਂ ਜਿਹੜੀਆਂ ਜ਼ਮੀਰਾਂ ਹਨ ਉਹ ਜਾਗਦੀਆਂ ਹਨ, ਸੂਰਬੀਰ ਯੋਧਿਆਂ ਦੇ ਵਿੱਚ ਇਹ ਜੋਸ਼ ਭਰਦਾ ਹੈ ਬੀਰ ਰਸ, ਔਰ ਅਸੀਂ ਆਪਣੇ ਅਕੀਦੇ ਵੱਲ ਉੱਠ ਕੇ ਤੁਰ ਪੈਂਦੇ ਹਾਂ ਬੀਰ ਰਸ ਦੀ ਕਵਿਤਾ ਸੁਣ ਕੇ, ਤੇ ਅਸੀਂ ਇਸ ਤਰ੍ਹਾਂ ਸਮਝਦੇ ਹਾਂ ਕਿ ਜਿਹੜੀਆਂ ਮਰੀਆਂ ਹੋਈਆਂ ਜ਼ਮੀਰਾਂ ਹਨ ਉਹ ਜਿਉਂਦੀਆਂ ਹੋ ਜਾਂਦੀਆਂ ਹਨ। ਉਸ ਤੋਂ ਬਾਅਦ ਰੌਦਰ ਰਸ, ਰੌਦਰ ਰਸ ਜਿਹੜਾ ਵਾ ਇਹਦੇ ਵਿੱਚ ਕਿਸੇ ਗੱਲੋਂ ਵੀ ਗੁੱਸੇ ਵਿੱਚ ਹੋਵੇ ਜੇ ਬੰਦਾ, ਤੇ ਗੁੱਸੇ ਦੇ ਵਿੱਚ ਆ ਕੇ ਤੇ ਜਿਹੜਾ ਰੌਦਰ ਰਸ ਆ ਇਹਦੇ ਵਿੱਚ ਅਸੀਂ ਗੁੱਸੇ ਦਾ ਪ੍ਰਭਾਵ ਜਿਹੜਾ ਵਾ ਉਹ ਪ੍ਰਗਟ ਕਰਨਾ ਹੁੰਦਾ ਵਾ। ਇਸ ਤੋਂ ਉਪਰੰਤ ਕਰੁਣਾ ਰਸ, ਕਰੁਣਾ ਰਸ ਜਿਹੜਾ ਵਾ ਸ਼ੋਕ ਦਾ ਗਮੀ ਦਾ, ਜਦੋਂ ਅਸੀਂ ਕਰੁਣਾ ਰਸ ਦੇ ਵਿੱਚ ਕਵਿਤਾ ਲਿਖਣੀ ਆ ਤੇ ਸਾਨੂੰ ਉਹਦੇ ਵਿੱਚ ਗਮੀ ਦੇ ਸ਼ੋਕ ਦੇ ਹਾਵ ਭਾਵ ਜਿਹੜੇ ਨੇ ਉਹ ਪ੍ਰਗਟ ਕਰਨੇ ਪੈਣਗੇ, ਸਾਨੂੰ ਆਪਣੇ ਦਿਲ ਦਾ ਦੁੱਖ ਜ਼ਾਹਰ ਕਰਨ ਵਾਸਤੇ ਕਰੁਣਾ ਰਸ ਦੇ ਵਿੱਚ ਕਵਿਤਾ ਜਿਹੜੀ ਆ ਉਹ ਲਿਖਣੀ ਪਊਗੀ। ਅੱਗੇ ਅਦਭੁਤ ਰਸ, ਇਹ ਅਦਭੁਤ ਰਸ ਜਿਹੜਾ ਹੈਰਾਨੀ ਵਾਲਾ ਹੈ, ਇਹ ਜਿੰਦਗਾਨੀ ਦੇ ਭੇਦ ਨੂੰ ਸਾਂਝਿਆ ਕਰਦਾ ਹੈ। ਇਹੋ ਜਿਹਾ ਰੰਗ ਜਿਹੜਾ ਵਾ ਇਹ ਸਾਨੂੰ ਆਪਣੀ ਕਵਿਤਾ ਦੇ ਵਿੱਚ ਦਿਖਾਉਣਾ ਚਾਹੀਦਾ ਵਾ। ਅੱਗੇ ਆ ਗਿਆ ਜੀ ਬੀਬਤਸ ਰਸ, ਬੀਬਤਸ ਰਸ ਜਿਹੜਾ ਵਾ ਜਿਹੜੇ ਕਿਰਨਾਂ ਦਾ ਭਾਵ ਲਿਖਦੇ ਰਹਿੰਦੇ ਨੇ ਤੇ ਕਿਰਨਾਂ ਦਾ ਭਾਵ ਸਮਝਾਉਣ ਵਾਸਤੇ ਬੀਬਤਸ ਰਸ ਦੇ ਵਿੱਚ ਸਾਨੂੰ ਲਿਖਣਾ ਪਏਗਾ। ਅੱਗੇ ਭਿਆਨਕ ਰਸ, ਜਦੋਂ ਮਾਹੌਲ ਹਰ ਪਾਸੇ ਡਰਦਾ ਹੋਵੇ ਤੇ ਉਹਦੇ ਤੋਂ ਸੁਚੇਤ ਕਰਨ ਵਾਸਤੇ ਸਾਨੂੰ ਭਿਆਨਕ ਰਸ ਦੇ ਵਿੱਚ ਦੁਨੀਆਂ ਨੂੰ ਅਗਾਹ ਕਰਵਾਉਣਾ, ਉਹ ਭਿਆਨਕ ਰਸ ਤੋਂ ਦੁਨੀਆਂ ਨੂੰ ਅਗਾਹ ਕਰਵਾਉਣ ਵਾਸਤੇ, ਸੁਚੇਤ ਕਰਵਾਉਣ ਵਾਸਤੇ ਸਾਨੂੰ ਭਿਆਨਕ ਰਸ ਦੇ ਵਿੱਚ ਕਵਿਤਾ ਲਿਖ ਕੇ ਤੇ ਸਮਝਾਉਣਾ ਪਏਗਾ। ਅੱਗੇ ਕਵਿਤਾ ਜਿਹੜੀ ਹੈ ਹਾਸ ਰਸ, ਹਾਸ ਰਸ ਦੇ ਵਿੱਚ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜਿਹੜੀ ਕਵਿਤਾ ਨੂੰ ਸੁਣ ਕੇ ਸਾਨੂੰ ਹਾਸਾ ਆਵੇ, ਜਿਹੜੀ ਕਵਿਤਾ ਨੂੰ ਸੁਣ ਕੇ ਅਸੀਂ ਖਿੜ ਜਾਈਏ ਉਹ ਕਵਿਤਾ, ਤੇ ਉਸ ਕਵਿਤਾ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਹਾਸ ਰਸ ਦੇ ਵਿੱਚ ਲਿਖੀ ਹੋਈ ਕਵਿਤਾ। ਅੱਗੇ ਜੀ ਸ਼ਾਂਤ ਰਸ, ਸ਼ਾਂਤ ਰਸ ਜਿਹੜਾ ਵੈਰਾਗੀ ਮਨ ਉਦਾਸ ਹੋਇਆ, ਸ਼ਾਂਤ ਰਸ ਵਿੱਚ ਜਦੋਂ ਅਸੀਂ ਲਿਖਦੇ ਹਾਂ ਤੇ ਖੁਸ਼ੀ ਸਾਰੇ ਰੰਗਾਂ ਨੂੰ ਨਿਭਾਉਣਾ ਚਾਹੀਦਾ, ਖੁਸ਼ੀ ਦੇ ਸਾਰੇ ਰੰਗਾਂ ਨੂੰ ਨਿਭਾਉਣਾ ਚਾਹੀਦਾ, ਤੇ ਸ਼ਾਂਤ ਰਸ ਦੇ ਵਿੱਚ ਜਿਵੇਂ ਪਾਣੀ ਜਿਹੜਾ ਦਰਿਆ ਦੇ ਵਿੱਚ ਨਦੀ ਦੇ ਵਿੱਚ ਸ਼ਾਂਤ ਵਹਿੰਦਾ ਵਾ, ਇਸੇ ਤਰ੍ਹਾਂ ਹੀ ਇਸ ਪ੍ਰਭਾਵ ਹੇਠ ਜਿਹੜੀ ਕਵਿਤਾ ਲਿਖੀ ਜਾਂਦੀ ਆ ਉਹਨੂੰ ਸ਼ਾਂਤ ਰਸ ਕਿਹਾ ਜਾਂਦਾ। ਇਹ ਕਵੀਸ਼ਰੀ ਦੇ ਨੌ ਰਸ ਹਨ ਤੇ ਸਾਡੀ ਕਵੀਸ਼ਰਾਂ ਦੀ ਤੇ ਢਾਡੀਆਂ ਦੀ ਇਹ ਪਰੰਪਰਾ ਰਹੀ ਹੈ ਸ਼ੁਰੂ ਤੋਂ ਹੀ ਕਿ ਜਦੋਂ ਅਸੀਂ ਸਟੇਜ ਦੇ ਉੱਤੇ ਬੋਲਣਾ ਜਾਂ ਅਸੀਂ ਕਿਸੇ ਵੀ ਥਾਂ ਤੇ ਇੰਟਰਵਿਊ ਦੇਣੀ ਆ ਜਾਂ ਅਸੀਂ ਕਿਸੇ ਵੀ ਥਾਂ ਦੇ ਉੱਤੇ ਆਪਣੇ ਹਾਵ ਭਾਵ ਪ੍ਰਗਟ ਕਰਨੇ ਤੇ ਪਹਿਲਾਂ ਅਸੀਂ ਕੁਦਰਤ ਨੂੰ ਯਾਦ ਕਰਕੇ, ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਕੁਦਰਤ ਦੀ ਗੱਲ ਕਰਕੇ ਤੇ ਫਿਰ ਅਸੀਂ ਆਪਣਾ ਕਾਰਜ ਜਿਹੜਾ ਉਹ ਸ਼ੁਰੂ ਕਰਨਾ, ਤੇ ਭਗਵਾਨ ਜਿਹੜਾ ਵਾ ਉਹ ਸਹਾਈ ਹੁੰਦਾ, ਕੁਦਰਤ ਸਹਾਈ ਹੁੰਦੀ ਆ ਜਦੋਂ ਅਸੀਂ ਉਹਦੀ ਓਟ ਟਕਾ ਕੇ ਤੁਰਦੇ ਹਾਂ ਤੇ ਕੁਦਰਤ ਸਾਡੇ ਨਾਲ ਹੁੰਦੀ ਆ। ਮੈਂ ਇੱਕ ਪਹਿਰਾ ਜਿਹੜਾ ਕਵੀਸ਼ਰੀ ਛੰਦਾਂ ਦੀ ਵਣਜ ਦੇ ਵਿੱਚੋਂ ਇੱਕ ਛੰਦ ਹੈ ਡਿਓਰ ਛੰਦ, ਡਿਓਰ ਛੰਦ ਦੇ ਵਿੱਚ ਮੈਂ ਇੱਕ ਤੁਹਾਨੂੰ ਪਹਿਰਾ ਜਿਹੜਾ ਵਾ ਉਹ ਸੁਣਾਉਣਾ ਵਾ ਗਾ ਕੇ।
ਪਹਿਲਾਂ ਪਰਮੇਸ਼ਰ ਦੇ ਵਿੱਚ ਚਰਨਾ ਧਰਿਆ ਤੇ ਆਣਿਆ, ਪਹਿਲਾਂ ਪਰਮੇਸ਼ਰ ਦੇ ਵਿੱਚ ਚਰਨਾ ਧਰਿਆ ਤੇ ਆਣਿਆ, ਫੜ ਕੇ ਕਲਮ ਸਾਧੂਆਂ ਦੀ ਉਪਮਾ ਲਿਖਤੀ ਮਹਾਣਿਆ ਜੀ, ਲਿਖਤੀ ਮਹਾਣਿਆ, ਧਰਮ ਗ੍ਰੰਥ ਸਭ ਵੇਦ ਦੱਸਦੇ ਜਾਂਦੇ ਫੁਰਮਾਈਆ, ਧਰਮ ਗ੍ਰੰਥ ਸਭ ਵੇਦ ਪੜ ਲਓ ਜਾਂਦੇ ਫੁਰਮਾਈਆ, ਸਾਧੂਆਂ ਦੇ ਕੰਮ ਭਗਵਾਨ ਕਰਦਾ ਹੋ ਕੇ ਤੇ ਸਹਾਈਆ, ਸਾਧੂਆਂ ਦੇ ਕੰਮ ਭਗਵਾਨ ਕਰਦਾ ਹੋ ਕੇ ਤੇ ਸਹਾਈਆ। ਅਸੀਂ ਇਸ ਚੀਜ਼ ਨੂੰ ਲੈ ਕੇ ਕੁਦਰਤ ਨੂੰ ਪਹਿਲਾਂ ਅੰਗ ਸੰਗ ਸਮਝ ਕੇ ਤੇ ਫੇਰ ਅਸੀਂ ਈਸ਼ਰ ਢਾਡੀ ਜਿਹੜੇ ਆ ਉਹ ਆਪਣੀ ਗੱਲ ਦਾ ਮੁੱਢ ਬੰਨਦੇ ਆ, ਤੇ ਇਸ ਕਰਕੇ ਮੈਂ ਇਹ ਵਣਗੀ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਹਾਂ ਬਿਲਕੁਲ ਜੀ, ਸ਼੍ਰੀ ਗਣੇਸ਼ ਇਹਨੂੰ ਕਹਿੰਦੇ ਨੇ, ਕਿਸੇ ਚੀਜ਼ ਦਾ ਆਰੰਭ ਕਰਨ ਵਾਸਤੇ ਤੁਸੀਂ ਪਰਮਾਤਮਾ ਦੀ ਓਟ ਆਸਰਾ ਲੈ ਕੇ ਤੁਰਦੇ ਹੋ ਔਰ ਉਹਦੇ 'ਤੇ ਤੁਹਾਨੂੰ ਸਫਲਤਾ ਮਿਲਦੀ ਹੈ। ਔਰ ਆਪਾਂ ਜਾਣਦੇ ਹਾਂ ਵੀ ਹੁਣ ਕੁਦਰਤ ਦਾ ਆਪਣਾ ਇੰਨਾ ਵੱਡਾ ਪਸਾਰਾ ਹੈ, ਇੰਨਾ ਵੱਡਾ ਉਹਦੇ ਵਿੱਚ ਉਹਦੀ ਐਨਰਜੀ ਹੈ, ਊਰਜਾ ਹੈ। ਸੋ ਜਦੋਂ ਤੁਸੀਂ ਉਹਦੇ ਨਾਲ ਇੱਕ ਮਿਕ ਹੋਵੋਗੇ ਉਸ ਊਰਜਾ ਦੇ ਨਾਲ, ਤਾਂ ਜਿਹੜਾ ਵੀ ਤੁਸੀਂ ਕੰਮ ਆਰੰਭਿਆ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ, ਜੋ ਵੀ ਤੁਹਾਡਾ ਅੱਜ ਦਾ ਵਿਸ਼ਾ ਹੈ, ਜੋ ਵੀ ਤੁਸੀਂ ਕਿਸੇ ਕਵਿਤਾ ਪਾਠ ਦੀ ਗੱਲ ਕਰਨਾ ਚਾਹੁੰਦੇ ਹੋ, ਉਹ ਚੰਗੇ ਪਾਸੇ ਜਾਵੇਗੀ ਔਰ ਉਹਦੇ ਵਿੱਚ ਚੜ੍ਹਦੀ ਕਲਾ ਹੋਏਗੀ, ਕਿਉਂਕਿ ਤੁਸੀਂ ਗੁਰੂ ਨੂੰ ਧਿਆ ਕੇ ਤੁਰੇ ਹੋ। ਵਾਕਿਆ ਇਹ ਇੱਕ ਰਵਾਇਤ ਸੀ ਆਪਣੇ ਆਪ ਵਿੱਚ, ਜਿਹੜੀ ਪੁਰਾਤਨ ਕਿੱਸਾਕਾਰਾਂ ਨੇ ਵੀ ਆਪਣੀ ਰਚਨਾਵਾਂ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਹੈਗਾ ਇੱਥੋਂ ਹੀ ਗੱਲ ਕੀਤੀ ਹੈ। ਵਾਰਿਸ ਸ਼ਾਹ ਦੀ ਹੀਰ ਜਿਹੜੀ ਹੈਗੀ ਹੈ, ਵਾਰਿਸ ਬਹੁਤ ਵੱਡਾ ਸ਼ਾਇਰ ਹੈ ਅਤੇ ਉਹ ਵੀ ਅਵਲ ਅਤੇ ਖੁਦਾ ਅਤੇ ਨਾਂ ਤੋਂ ਜਿਹੜੀ ਗੱਲ ਹੈ ਆਪਣੀ ਕਵਿਤਾ ਦੀ ਜਿਹੜੀ ਹੈਗੀ ਹੈ ਉਹ ਸੁਰ ਸ਼ੁਰੂ ਕਰਦਾ ਹੈ। ਜੀ ਜੀ, ਵਾਰਿਸ ਸ਼ਾਹ ਦੀ ਤੁਸੀਂ ਜਿਹੜੀ ਹੀਰ ਦੀ ਗੱਲ ਕੀਤੀ ਆ, ਮੈਂ ਦੱਸਣਾ ਚਾਹੁੰਦਾ ਕਿ ਵਾਰਿਸ ਸ਼ਾਹ ਦੀ ਜਿਹੜੀ ਹੀਰ ਆ ਉਹ ਸ਼ੁਰੂ ਤੋਂ ਲੈ ਕੇ ਸਮਾਪਤੀ ਤੱਕ ਕਵੀਸ਼ਰੀ ਛੰਦਾਂ ਦੀ ਵਣਗੀ ਦੇ ਵਿੱਚੋਂ ਛੰਦ ਬੈਂਤ ਬੈਂਤ ਛੰਦ ਦੇ ਵਿੱਚ ਉਹ ਸਾਰੀ ਜਿਹੜੀ ਆ ਵਾਰਿਸ ਸ਼ਾਹ ਹੁਣਾਂ ਨੇ ਉਚਾਰਨ ਕੀਤੀ ਏ। ਬਿਲਕੁਲ, ਆਪਣਾ ਰਾਂਝਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ, ਹੀਰ ਛੱਡ ਗਈ ਸਾਥ ਸਹੇਲੀਆਂ ਦਾ, ਜਾਂ ਹੀਰ ਛੱਡ ਗਈ ਪੂਰ ਸਹੇਲੀਆਂ ਦਾ। ਤੇ ਜਦੋਂ ਅਸੀਂ ਇਹਨੂੰ ਕਵੀਸ਼ਰੀ ਦੇ ਵਿੱਚ ਗਾਉਣਾ ਹੈ ਬੈਂਤ ਛੰਦ ਨੂੰ, ਤੇ ਇਹਦੀਆਂ ਕਈ ਚਾਲਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਹਨ, ਵੱਖੋ ਵੱਖਰੀਆਂ ਚਾਲਾਂ ਤੇ ਅਸੀਂ ਇਸ ਨੂੰ ਗਾ ਸਕਦੇ ਹਾਂ। ਔਰ ਜੇ ਮੈਂ ਇੱਕ ਦੋ ਗੱਲ ਕਰਾਂ ਤੇ ਇਹ ਇਸ ਤਰ੍ਹਾਂ ਹੈ ਕਿ ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ, ਹੀਰ ਛੱਡ ਗਈ ਸਾਥ ਸਹੇਲੀਆਂ ਦਾ। ਇੱਕ ਤੇ ਇਹ ਚਾਲ ਹੈ ਜਿਹੜੀ ਸਿੱਧੀ ਕਵੀਸ਼ਰੀ ਦੀ ਟਕਸਾਲੀ ਚਾਲ ਜਿਹੜੀ ਆ ਉਹ ਮੰਨੀ ਜਾਂਦੀ ਆ। ਔਰ ਅੱਜ ਕੱਲ ਬਹੁਤ ਸਾਰੀਆਂ ਚਾਲਾਂ ਜਿਹੜੀਆਂ ਨੇ ਉਹ ਕਵੀਸ਼ਰੀ ਦੀਆਂ ਟਕਸਾਲੀ ਚਾਲਾਂ ਤੋਂ ਬਾਹਰ ਹੋ ਕੇ ਗਵਈਏ ਜਿਹੜੇ ਨੇ ਉਹ ਗਾਉਂਦੇ ਹਨ। ਮੈਂ ਉਹਨਾਂ ਗਵਈਆਂ ਨੂੰ ਔਰ ਉਹਨਾਂ ਗਾਉਣ ਵਾਲਿਆਂ ਨੂੰ ਵੀ ਬੇਨਤੀ ਕਰਦਾ
ਇਹ ਜਦੋਂ ਵੀ ਕਵੀਸ਼ਰੀ ਨੂੰ ਗਾਉਣਾ ਉਦੋਂ ਉਹਦੀਆਂ ਚਾਲਾਂ ਨੂੰ, ਟਕਸਾਲੀ ਚਾਲਾਂ ਨੂੰ ਹੀ ਗਾਇਆ ਜਾਵੇ ਔਰ ਕਵੀਸ਼ਰੀ ਦੇ ਵਿੱਚ ਮਿਲ ਗੋਭਾ ਜਿਹੜਾ ਵਾ ਉਹ ਨਾ ਕੀਤਾ ਜਾਵੇ। ਇਸੇ ਤਰ੍ਹਾਂ ਹੀ ਆਪਣੀ ਆਪਣੀ ਸ਼ੈਲੀ ਹੈ, ਆਪਣੀ ਆਪਣੀ ਕਲਾ ਹੈ, ਆਪਣਾ ਆਪਣਾ ਸੁਭਾਅ ਹੈ, ਆਪਣੇ ਆਪਣੇ ਗੁਣ ਹਨ। ਕੁਦਰਤ ਨੇ ਹਰੇਕ ਮਨੁੱਖ ਨੂੰ ਵੱਖਰੇ ਵੱਖਰੇ ਗੁਣ ਦਿੱਤੇ ਹਨ ਤੇ ਵੱਖਰੇ ਵੱਖਰੇ ਗੁਣਾਂ ਦੇ ਆਧਾਰ ਤੇ ਹੀ ਮਨੁੱਖ ਸੰਸਾਰ ਦੇ ਵਿੱਚ ਵਿਚਰਦਾ ਹੈ। ਤੇ ਮੈਂ ਇੱਥੇ ਇੱਕ ਕਵਿਤਾ ਤੁਹਾਡੇ ਨਾਲ ਕੁਛ ਇੱਕ ਦੋ ਬੰਦ ਸਾਂਝੇ ਕਰਦਾ। ਇਹ ਕਵਿਤਾ ਦਾ ਮੁਖੜਾ ਉਲਟਾ ਪੁਲਟਾ ਚੱਲਦਾ ਹੈ। ਇਹਦੀ ਚਾਲ ਇਵੇਂ ਆ ਜੀ, ਹਰ ਪਾਸੇ ਠੱਗੀ ਠੋਰੀ ਏ, ਹਰ ਪਾਸੇ ਰਿਸ਼ਵਤ ਖੋਰੀ ਏ, ਨਾ ਭਾਈਆਂ ਦੇ ਵਿੱਚ ਪਿਆਰ ਦਿਸੇ, ਹੁਣ ਕੂੜ ਦਾ ਗਰਮ ਬਜ਼ਾਰ ਦਿਸੇ, ਨਾ ਸੱਚ ਦਾ ਦੀਵਾ, ਨਾ ਸੱਚ ਦਾ ਦੀਵਾ ਬਲਦਾ ਏ, ਸਭੇ ਉਲਟਾ ਪੁਲਟਾ, ਸਭੇ ਉਲਟਾ ਪੁਲਟਾ ਚੱਲਦਾ ਏ, ਸਭੇ ਉਲਟਾ ਪੁਲਟਾ, ਸਭੇ ਉਲਟਾ ਪੁਲਟਾ ਚੱਲਦਾ ਏ। ਉਹ ਮਾੜੇ ਨੂੰ ਮਾਰੀ ਜਾਂਦੇ ਨੇ, ਤਕੜੇ ਨੂੰ ਕੁਝ ਨਾ ਆਂਦੇ ਨੇ, ਬੜੇ ਸੋਹਣੇ ਸੋਹਣੇ ਚਿਹਰੇ ਨੇ, ਕੁਝ ਆਗੂ ਠੱਗ ਲੁਟੇਰੇ ਨੇ, ਪਿਆ ਝੂਠ ਸੱਚ ਨੂੰ, ਪਿਆ ਝੂਠ ਸੱਚ ਨੂੰ ਸਲਦਾ ਏ, ਸਭ ਉਲਟਾ ਪੁਲਟਾ ਚੱਲਦਾ ਏ, ਸਭ ਉਲਟਾ ਪੁਲਟਾ ਚੱਲਦਾ ਏ। ਉਹ ਚੋਰਾਂ ਨਾ ਕੁੱਤੀ ਰਲ ਗਈ ਏ, ਤੇ ਵੱਡੀ ਖਾ ਕੇ ਪਲ ਗਈ ਏ, ਹੁਣ ਚੰਗਿਆਈ ਬੇਜਾਨ ਹੋਈ ਤੇ ਬੁਰਿਆਈ ਪ੍ਰਧਾਨ ਹੋਈ, ਹੁਣ ਯਾਰ ਯਾਰ ਤੂੰ, ਹੁਣ ਯਾਰ ਯਾਰ ਤੂੰ ਜਲਦਾ ਏ, ਸਭੇ ਉਲਟਾ ਪੁਲਟਾ, ਸਭੇ ਉਲਟਾ ਪੁਲਟਾ ਚੱਲਦਾ ਏ, ਸਭੇ ਉਲਟਾ ਪੁਲਟਾ, ਸਭੇ ਉਲਟਾ ਪੁਲਟਾ ਚੱਲਦਾ ਏ। ਤੇ ਇਹਦਾ ਅਖੀਰਲਾ ਜਿਹੜਾ ਬੰਦ ਆ ਉਹ ਇਸ ਤਰ੍ਹਾਂ ਜੀ, ਕਈ ਕਵੀ ਦਿਲਾਂ ਦੇ ਖੋਰੀ ਆ, ਕਵਿਤਾ ਨੂੰ ਕਰਦੇ ਚੋਰੀ ਆ, ਲਿਖ ਕਵਿਤਾ ਕਿਸੇ ਦੀ ਗਾ ਦਿੰਦੇ, ਵਿੱਚ ਆਪਣਾ ਨਾਂ ਨੇ ਪਾ ਦਿੰਦੇ, ਹੱਕਦਾਰ ਢਿੱਲੋਂ ਹੱਥ, ਹੱਕਦਾਰ ਢਿੱਲੋਂ ਹੱਥ ਮਲਦਾ ਏ, ਸਭੇ ਉਲਟਾ ਪੁਲਟਾ, ਸਭੇ ਉਲਟਾ ਪੁਲਟਾ ਚੱਲਦਾ ਏ, ਸਭੇ ਉਲਟਾ ਪੁਲਟਾ, ਸਭੇ ਉਲਟਾ ਪੁਲਟਾ ਚੱਲਦਾ ਏ। ਹੁਣ ਮੈਂ ਇੱਥੇ ਵੇਖੋ ਇਹ ਗੱਲ ਕੀਤੀ ਆ ਵੀ ਕਈ ਕਵੀ ਦਿਲਾਂ ਦੇ ਖੋਰੀ ਆ, ਇਸ ਤਰ੍ਹਾਂ ਵੀ ਅੱਜ ਬਹੁਤ ਹੋ ਰਿਹਾ ਕਿ ਕਵੀ ਦਿਲ ਦੇ ਵਿੱਚ ਖੋਰ ਰੱਖ ਕੇ ਕਿਸੇ ਦੀ ਕਵਿਤਾ ਜਿਹੜੀ ਲਿਖੀ ਹੋਈ ਆ ਉਹ ਆਪਣਾ ਨਾਂ ਪਾ ਕੇ ਗਾ ਦਿੰਦੇ ਆ। ਬਹੁਤ ਸਾਰੇ ਕਵੀਸ਼ਰਾਂ ਦੇ ਵਿੱਚ ਵੀ ਇਹ ਰਿਵਾਜ ਚੱਲ ਪਿਆ ਵੀ ਕਵਿਤਾ ਕਿਸੇ ਦੀ ਗਾਉਂਦੇ ਆ ਉਹ ਆਪ ਨਹੀਂ ਲਿਖਦੇ ਤੇ ਉਹਦਾ ਨਾਂ ਜਿਹੜਾ ਵਾ ਵਿੱਚੋਂ ਲੇਖਕ ਦਾ ਗਾਇਬ ਕਰ ਦਿੰਦੇ ਆ, ਤੇ ਜੋ ਕਿ ਇਹ ਬਹੁਤ ਮੰਦ ਭਾਗੀ ਗੱਲ ਆ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਹੜੀ ਰਚਨਾ ਕਿਸੇ ਦੀ ਲਿਖੀ ਹੋਈ ਆ ਉਹ ਮੌਲਿਕ ਰਚਨਾ ਦੇ ਵਿੱਚ ਉਹਦਾ ਨਾਂ ਪਾ ਕੇ ਹੀ ਉਹਨੂੰ ਗਾਉਣਾ ਚਾਹੀਦਾ। ਫਿਰ ਮੈਂ ਅੱਗੇ ਲਿਖਦਾ ਕਿ ਜਿਹੜਾ ਹੱਕਦਾਰ ਹੁੰਦਾ ਆ ਵੀ ਉਹ ਹੱਥ ਮਲਦਾ ਹੀ ਵਿਚਾਰਾ ਰਹਿ ਜਾਂਦਾ ਵਾ, ਤੇ ਉਹਨੂੰ ਬਦਲੇ ਦੇ ਵਿੱਚ ਮਿਲਦਾ ਕੀ ਆ, ਜਿਹਨੇ ਰਚਨਾ ਲਿਖੀ ਇੱਕ ਸਿਰਫ ਉਹਨੂੰ ਉਹਦਾ ਨਾਂ ਹੀ ਆ, ਤੇ ਜੇ ਉਹਦਾ ਨਾਂ ਵੀ ਰਚਨਾ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਉਹਦੇ ਨਾਲ ਕਿੰਨੀ ਬੇਇਨਸਾਫੀ ਆ। ਹਾਂਜੀ ਬਿਲਕੁਲ ਸਹੀ ਹੈ। ਇਹ ਜਿਹੜੀ ਇਸ ਕਿਸਮ ਦੀ ਸਾਹਿਤਕ ਚੋਰੀ ਹੈ ਇਹਦੇ ਚ ਕੋਈ ਸ਼ੱਕ ਨਹੀਂ, ਇਹ ਅੱਜ ਕੱਲ ਬਹੁਤ ਆਮ ਹੋ ਗਈ ਹੈ। ਹੁਣ ਅਸਲ ਚ ਸੋਸ਼ਲ ਮੀਡੀਆ ਨੇ ਤਾਂ ਹੋਰ ਵੀ, ਕਿਉਂਕਿ ਲੋਕ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਹੈਗਾ ਉਹ ਲੱਖਾਂ ਕਰੋੜਾਂ ਦੇ ਨੰਬਰ ਵਿੱਚ ਜੁੜਦੇ ਨੇ, ਕਿਸੇ ਦੀ ਰਚਨਾ ਉੱਥੇ ਆ ਗਈ, ਚੰਗੀ ਲੱਗੀ, ਆਪਣੇ ਕੋਲ ਰੱਖ ਲਈ ਤੇ ਫਿਰ ਆਪਣੇ ਨਾਂ ਦੇ ਉੱਪਰ
ਅਗਾਹ ਅਗਲੇ ਪਾਸੇ ਨਿਗਾਹ ਦਿੱਤੀ। ਵਾਕਿਆ ਹੀ ਇਸ ਕਿਸਮ ਦੇ ਜਿਹੜੀਆਂ ਹੈਗੀਆਂ ਨੇ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ। ਔਰ ਵਾਕਿਆ ਜਿਵੇਂ ਤੁਸੀਂ ਕਿਹਾ ਕਿਸੇ ਦੀ ਕੀਮਤੀ ਚੀਜ਼ ਜਿਵੇਂ ਕੋਈ ਚੋਰੀ ਹੋ ਜਾਂਦੀ ਹੈ ਔਰ ਉਹਦਾ ਉੱਥੇ ਨਾਂ ਵੀ ਨਹੀਂ ਲਿਆ ਜਾਂਦਾ ਔਰ ਉਹਦਾ ਕੋਈ ਮਾਲਕ ਮੱਲੋ ਮੱਲੀ ਕੋਈ ਹੋਰ ਬਣ ਜਾਂਦਾ ਹੈ, ਇਹ ਤਾਂ ਵਾਕਿਆ ਹੀ ਬਹੁਤ ਮੰਦਭਾਗੀ ਰਿਵਾਇਤ ਹੈ ਜਿਹੜੀ ਆਮ ਤੌਰ ਦੇ ਉੱਪਰ ਹੁਣ ਅਸੀਂ ਵੇਖ ਰਹੇ ਹਾਂ ਔਰ ਇਹਨੂੰ ਠੱਲ ਪਾਈ ਜਾਣੀ ਚਾਹੀਦੀ ਹੈ। ਹਾਲਾਂਕਿ ਸਰਕਾਰਾਂ ਕਾਨੂੰਨ ਜ਼ਰੂਰ ਬਣਾਉਂਦੀਆਂ ਨੇ ਇਸ ਕਿਸਮ ਦੀਆਂ, ਪਰ ਉਹ ਕਾਪੀ ਰਾਈਟਸ ਵਾਲੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਉਹਨੂੰ ਕੋਰਟ ਵਿੱਚ ਕੌਣ ਲੈ ਕੇ ਜਾਵੇ, ਉਹਨੂੰ ਕਿਵੇਂ ਪ੍ਰੂਵ ਕਰੇ, ਆਪਣਾ ਸਮਾਂ ਲਾਵੇ, ਉਹ ਇੱਕ ਵੱਖਰੀ ਕਿਸਮ ਦਾ ਧੰਦਾ ਹੈ ਅਤੇ ਲੋਕ ਉਹਦੇ ਤੋਂ ਥੋੜ੍ਹਾ ਜਿਹਾ ਉਹ ਚੇਂਜ ਕਰਦੇ ਨੇ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਕਿਸੇ ਹੋਰ ਦੀ ਲਿਖੀ ਹੋਈ ਰਚਨਾ ਨੂੰ ਕੋਈ ਬਗੈਰ ਮਿਹਨਤ ਤੋਂ ਹੀ ਆਪਣੀ ਬਣਾ ਕੇ ਆਪਣੀ ਤੌਰ ਦੇ ਉੱਪਰ ਪੇਸ਼ ਕਰ ਦੇਵੇ। ਜੀ ਗੁਰਸੇਵਕ ਜੀ। ਹਾਂਜੀ, ਤੇ ਇਹ ਤਰਾਸਦੀ ਆ ਇੱਕ ਸਾਡੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿੰਨੇ ਵੀ ਲਿਖਣਾ ਹੈ ਉਸ ਨੂੰ ਮਿਹਨਤ ਕਰਨੀ ਚਾਹੀਦੀ ਹੈ, ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਨੇ ਤੇ ਉਹਨੂੰ ਆਪਣੀ ਮੌਲਿਕ ਰਚਨਾ ਲਿਖਣੀ ਚਾਹੀਦੀ ਹੈ। ਮੈਂ ਇੱਕ ਵਾਰੀ ਆਪਣੇ ਰਿਸ਼ਤੇਦਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਉਹਨਾਂ ਦੇ ਕੋਲ ਪਟਿਆਲੇ ਗਿਆ ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਪ੍ਰੋਫੈਸਰ ਸਾਹਿਬ ਮੈਂ ਇੱਕ ਨਸ਼ੇ ਦੇ ਉੱਤੇ ਗੀਤ ਲਿਖਣਾ ਚਾਹੁੰਦਾ ਤੇ ਉਹ ਪ੍ਰੋਫੈਸਰ ਸਾਹਿਬ ਮੈਨੂੰ ਕਹਿੰਦੇ ਵੀ ਗੁਰਸੇਵਕ ਸਿੰਘ ਜੇ ਤੂੰ ਨਸ਼ੇ ਦੇ ਉੱਤੇ ਗੀਤ ਲਿਖਣਾ ਚਾਹੁੰਦਾ ਤੇ ਘੱਟੋ ਘੱਟ ਨਸ਼ੇ ਬਾਰੇ ਤੂੰ 10 ਕਿਤਾਬਾਂ ਪਹਿਲਾਂ ਪੜ੍ਹ ਤੇ ਜਦੋਂ ਤੇਰਾ ਰਿਸਰਚ ਹੋਜੂਗਾ, ਜਦੋਂ ਤੇਰੀ ਅਭਿਆਸ ਹੋਜੂਗਾ, ਜਦੋਂ ਤੂੰ ਜਿਸ ਵਿਸ਼ੇ ਦੇ ਉੱਤੇ ਤੂੰ ਲਿਖਣਾ ਆ ਉਸ ਵਿਸ਼ੇ ਦੀਆਂ ਪਹਿਲਾਂ ਜਦੋਂ ਤੂੰ ਕਿਤਾਬਾਂ ਪੜ੍ਹ ਲਏਗਾ ਤੇ ਉਸ ਵਿਸ਼ੇ ਦੇ ਉੱਤੇ ਤੂੰ ਪਰਿਪੱਕ ਹੋ ਕੇ ਲਿਖ ਸਕਦਾ। ਸੋ ਮੈਂ ਇਸ ਤਰ੍ਹਾਂ ਤੁਹਾਡੇ ਵਰਗੇ ਸੱਜਣਾਂ ਦੇ ਕੋਲੋਂ, ਗੂੜ ਗਿਆਨ ਵਾਲੇ ਸੱਜਣਾਂ ਦੇ ਕੋਲੋਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਿੱਖਦਾ ਰਿਹਾ, ਅੱਗੇ ਵੀ ਮੈਂ ਸਿੱਖਦਾ ਰਹਾਂਗਾ। ਔਰ ਜਿਹੜਾ ਮਨੁੱਖ ਹਮੇਸ਼ਾ ਸਿੱਖਣ ਦੀ ਭਾਵਨਾ ਰੱਖਦਾ ਆ ਉਹੀ ਹਮੇਸ਼ਾ ਅੱਗੇ ਵੱਲ ਨੂੰ ਵੱਧਦਾ, ਅੱਗੇ ਕਦਮ ਵਧਾਉਂਦਾ। ਜਿਹੜਾ ਮਨੁੱਖ ਮਨ ਦੇ ਵਿੱਚ ਹੰਕਾਰ ਕਰਦਾ ਉਹ ਕਦੇ ਵੀ ਅੱਗੇ ਨਹੀਂ ਵੱਧਦਾ। ਮੈਂ ਇੱਥੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ ਕਿ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਕਵੀਸ਼ਰੀ ਲਿਖੂੰਗਾ ਜਾਂ ਕਵੀਸ਼ਰੀ ਗਾਊਂਗਾ। ਇਸ ਤੋਂ ਬਿਨਾਂ ਵੀ ਮੈਂ ਬਹੁਤ ਸਾਰੀਆਂ ਵਿਧਾਵਾਂ ਦੇ ਵਿੱਚ ਲਿਖਿਆ, ਜਿਵੇਂ ਕਿ ਗੀਤ ਵਿਧਾ ਦੇ ਵਿੱਚ ਵੀ ਮੈਂ ਲਿਖ ਲੈਂਦਾ। ਸਾਡੇ ਦਰਾਹੇ ਤੋਂ ਬਹੁਤ ਵਧੀਆ ਗਜ਼ਲਗੋ ਕਹਾਣੀਕਾਰ ਵੀ ਨੇ ਸ੍ਰੀ ਗੁਰਦਿਆਲ ਦਲਾਲ ਜੀ, ਮੈਂ ਉਹਨਾਂ ਦੇ ਕੋਲੋਂ ਗਜ਼ਲ ਦੀ ਸਿਖਲਾਈ ਵੀ ਲਈ ਆ ਤੇ ਮੈਂ ਗਜ਼ਲ ਦੇ ਉੱਤੇ ਵੀ ਹੱਥ ਅਜਮਾਈ ਕੀਤੀ ਆ। ਇਹ ਨਹੀਂ ਕਿ ਮੈਂ ਕੱਲੀ ਕਵੀਸ਼ਰੀ ਲਿਖੀ ਆ, ਧਾਰਮਿਕ ਪੱਖ ਲਿਖਿਆ, ਮੈਂ ਸਮਾਜਿਕ ਪੱਖ ਵੀ ਲਿਖਿਆ, ਸਾਹਿਤਕ ਪੱਖ ਦੀਆਂ ਕਵਿਤਾਵਾਂ ਵੀ ਜਿਹੜੀਆਂ ਗਜ਼ਲਾਂ ਮੇਰੇ ਕੋਲ ਜਿਹੜੀਆਂ ਉਹ ਪਈਆਂ ਨੇ। ਪੰਜਾਬੀ ਮਾਂ ਬੋਲੀ ਬਾਰੇ ਮੈਂ ਬਹੁਤ ਕੁਛ ਜਿਹੜਾ ਵਾ ਉਹ ਲਿਖਿਆ। ਹਰੇਕ ਪ੍ਰਕਾਰ ਦੀ ਵਿਧਾ ਦੇ ਉੱਤੇ ਮੈਂ ਲਿਖਣ ਦਾ ਯਤਨ ਕੀਤਾ ਹੈ। ਔਰ ਉਹ ਸਮੇਂ ਦੀ ਮੈਂ ਗੱਲ ਕਰਦਾ ਕਿ ਜਦੋਂ ਮੈਂ ਜੇ ਕਵੀਸ਼ਰੀ ਬਾਰੇ ਸੋਚਿਆ ਵੀ ਨਹੀਂ ਸੀ। ਬਹੁਤ ਵੱਡੇ ਇਤਿਹਾਸਕਾਰ ਸਰਦਾਰ ਸਵਰਨ ਸਿੰਘ ਵਿਰਕ ਕਰੀ ਵਾਲਾ ਬਹੁਤ ਵੱਡੇ ਵਿਦਵਾਨ ਨੇ, ਉਹ ਮੇਰੀ ਪੁਸਤਕ ਗੁਰਸੇਵਕ ਗੁਲਜ਼ਾਰਾਂ ਦੇ ਬੈਕ ਸਾਈਡ ਵਾਲੇ ਪੰਨੇ ਦੇ ਉੱਤੇ ਲਿਖਦੇ ਆ। ਉਹ ਮੇਰੇ ਬਾਰੇ
ਲਿਖਦੇ ਆ ਕਿ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਇਸ ਪਿੜ ਵਿੱਚ ਚੌਥਾਈ ਸਦੀ ਸਮੇਂ ਤੋਂ ਸਰਗਰਮ ਹੈ। ਉਸ ਦਾ ਬਚਪਨ ਤਾਂ ਮਾਝੇ ਦੇ ਮਸ਼ਹੂਰ ਪਿੰਡ ਕਸੇਲ ਵਿੱਚ ਬੀਤਿਆ, ਜਿੱਥੇ ਉਸਨੇ ਪਹਿਲੀਆਂ 5 ਜਮਾਤਾਂ ਪਾਸ ਕੀਤੀਆਂ। ਕਸੇਲ ਸ਼ਹੀਦ ਊਧਮ ਸਿੰਘ ਤੇ ਬਾਬਾ ਹਰਨਾਮ ਸਿੰਘ ਜਿਹੇ ਗਦਰੀ ਸੂਰਬੀਰਾਂ ਦਾ ਪਿੰਡ ਸੀ, ਜਿਸ ਦਾ ਸੁਤੰਤਰਤਾ ਸੰਗਰਾਮ ਵਿੱਚ ਉੱਘਾ ਯੋਗਦਾਨ ਹੈ। ਅਪ੍ਰੈਲ ਦੇ ਮਹੀਨੇ 3 ਦਿਨ ਲੱਗਣ ਵਾਲੇ ਗਦਰੀ ਬਾਬਿਆਂ ਦੇ ਮੇਲੇ ਵਿੱਚ ਬਾਲ ਗੁਰਸੇਵਕ ਪਿਤਾ ਗੁਰਦੀਪ ਸਿੰਘ ਦੀ ਉਂਗਲੀ ਫੜ ਕੇ ਜਾ ਬਹਿੰਦਾ। ਇੱਥੇ ਮਾਝੇ ਦੇ ਸਾਰੇ ਹੀ ਨਾਮਵਰ ਕਵੀਸ਼ਰ ਤੇ ਢਾਡੀ ਜਥੇ ਆਉਂਦੇ, ਜਿਨ੍ਹਾਂ ਨੂੰ ਗੁਰਸੇਵਕ ਬੜੇ ਗੌਹ ਨਾਲ ਸੁਣਦਾ। ਫਿਰ ਕਈ ਕਈ ਦਿਨ ਵੱਟਾਂ ਬੰਨਿਆ ਤੇ ਫਿਰਦਾ, ਸੁਣੇ ਪ੍ਰਸੰਗਾਂ ਦੀਆਂ ਤੁਕਾਂ ਗੁਣਗੁਣਾਉਂਦਾ ਰਹਿੰਦਾ ਤੇ ਮੁੜ ਆਪ ਮੁਹਾਰੇ ਤੁਕਾਂ ਜੋੜਨ ਵੀ ਲੱਗ ਪਿਆ। 1991-92 ਵਿੱਚ ਜਦੋਂ ਪਰਿਵਾਰ ਕਸੇਲ ਤੋਂ ਸ੍ਰੀ ਭੈਣੀ ਸਾਹਿਬ ਆ ਗਿਆ ਤਾਂ ਕਵਿਤਾ ਦਾ ਇਹ ਦੱਬਿਆ ਸੋਮਾ ਫਿਰ ਪ੍ਰਸ ਫੁੱਟਤ ਹੋ ਗਿਆ। ਇਹ ਸਵਰਨ ਸਿੰਘ ਵਿਰਕ ਜਿਹੜੇ ਬਹੁਤ ਵੱਡੇ ਵਿਦਵਾਨ ਆ, ਉਹਨਾਂ ਦੇ ਮੇਰੇ ਬਾਰੇ ਜਿਹੜੇ ਵਿਚਾਰ ਉਹਨਾਂ ਨੇ ਪ੍ਰਗਟ ਕੀਤੇ ਨੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ, ਤੇ ਮੈਂ ਇਹ ਸਮਝਦਾ ਕਿ ਇਹ ਮੇਰੀ ਮਿਹਨਤ ਦਾ ਹੀ ਸਦਕਾ ਤੇ ਤੁਹਾਡੇ ਸਰੋਤਿਆਂ ਦੇ ਪਿਆਰ ਦੇ ਸਦਕਾ ਹੀ ਆ ਕਿ ਏਡੇ ਵੱਡੇ ਵਿਦਵਾਨ ਜਿਹੜੇ ਨੇ ਉਹ ਮੈਨੂੰ ਆਸ਼ੀਰਵਾਦ ਦੇਣ ਤੇ ਮੈਂ ਉਹਨਾਂ ਆਸ਼ੀਰਵਾਦਾਂ ਨੂੰ ਝੋਲੀ ਦੇ ਵਿੱਚ ਪਾਉਂਦਾ ਹੋਇਆ ਅੱਗੇ ਵੱਧਦਾ ਜਾਵਾਂ, ਇਹ ਮੇਰੇ ਵੱਡੇ ਭਾਗ ਹੀ ਹਨ। ਹਾਂ ਬਿਲਕੁਲ ਜੀ, ਕਿਰਪਾਲ ਸਿੰਘ ਕਸੇਲ ਆਪਣੇ ਆਪ ਵਿੱਚ ਪੰਜਾਬੀ ਸਾਹਿਤ ਦੇ ਬਹੁਤ ਹੀ ਉੱਚ ਕੋਟੀ ਦੇ ਲਿਖਾਰੀਆਂ ਵਿੱਚੋਂ ਇੱਕ ਨੇ, ਔਰ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀਆਂ ਸੀਮਾਵਾਂ ਦੇ ਬਾਵਜੂਦ ਇੰਨਾ ਵਧੀਆ ਔਰ ਇੰਨਾ ਪੁਖਤਾ ਲਿਖਿਆ ਪੰਜਾਬੀ ਸਾਹਿਤ ਬਾਰੇ ਕਿ ਉਹ ਕਸਵੱਟੀ ਆ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਕਿਸੇ ਟਾਈਮ ਦੇ ਉੱਪਰ। ਔਰ ਬਹੁਤ ਬਹੁਤ ਚੰਗਾ ਲੱਗ ਰਿਹਾ ਕਿ ਤੁਹਾਡਾ ਇਹਨਾਂ ਸਾਰੇ ਲੋਕਾਂ ਨਾਲ ਕਿਸੇ ਨਾ ਕਿਸਮ ਦਾ ਜਿਹੜਾ ਹੈਗਾ ਵਾਹ ਵਾਸਤਾ ਜਿਹੜਾ ਹੈਗਾ ਰਿਹਾ ਜੀ। ਹੋਰ ਕੀ ਫਿਰ, ਔਰ ਮੇਰਾ ਜੀ ਕਰਦਾ ਸੀ ਜਿਹੜੀਆਂ ਤੁਹਾਡੀਆਂ ਕਿਤਾਬਾਂ ਛਪੀਆਂ ਹੋਈਆਂ ਨੇ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਮਾਂ ਜਦੋਂ ਸਿੱਖ ਰਾਜ ਦੀਆਂ ਸ਼ਾਮਾਂ ਜਦੋਂ ਢਲਦਾ ਸਮਾਂ ਜਿਹੜਾ ਹੈਗਾ ਆਪਣੇ ਆਪ ਵਿੱਚ ਰੌਂਗਟੇ ਖੜੇ ਕਰਨ ਵਾਲਾ ਹੈਗਾ। ਜਦੋਂ ਕੋਈ ਵੀ ਮਹਾਰਾਜਾ ਰਣਜੀਤ ਸਿੰਘ ਦੀ ਉਹੋ ਜਿਹੀ ਕਹਾਣੀ ਜਿਹੜੀ ਹੈਗੀ ਹੈ ਮਹਾਰਾਣੀ ਜਿੰਦਾਂ ਦੀ ਜਾਂ ਕੋਈ ਵੀ ਜਿਹੜੇ ਕਵੀਸ਼ਰ ਲੋਕ ਢਾਡੀ ਲੋਕ ਪੇਸ਼ ਕਰਦੇ ਸਨ ਤੇ ਲੋਕ ਘੰਟਿਆਂ ਬੱਧੀ ਉਸ ਸੁਰਤ ਦੇ ਵਿੱਚ ਜੁੜੇ ਰਹਿੰਦੇ ਸਨ, ਇਹਦੇ ਚ ਕੋਈ ਸ਼ੱਕ ਨਹੀਂ ਜੀ। ਹਾਂਜੀ, ਤੁਹਾਡੀ ਗੱਲ ਬੜੀ ਦਰੁਸਤ ਆ ਕਿ ਖਾਸ ਕਰਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਉਹ ਅਸੀਂ ਇਹ ਮੰਨਦੇ ਹਾਂ ਕਿ ਉਹ ਬਹੁਤ ਸੁਨਹਿਰੀ ਸਮਾਂ ਸੀ, ਔਰ ਉਸ ਸਮੇਂ ਦੇ ਵਿੱਚ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਸੰਸਾਰ ਦੇ ਉੱਤੇ ਰਹੇ ਹਨ ਤੇ ਕਾਬਲ ਕੰਧਾਰ, ਅਫਗਾਨਿਸਤਾਨ, ਜੰਮੂ, ਜਮਰੌਦ, ਪਿਸ਼ਾਵਰ, ਲਾਹੌਰ ਇਹ ਇਲਾਕੇ ਔਰ ਇਸ ਤੋਂ ਬਿਨਾਂ ਵੀ ਸਾਰੇ ਇਲਾਕੇ ਜਿਹੜੇ ਆ ਉੱਥੋਂ ਦੇ ਜਿਹੜੇ ਵਿਰੋਧੀ ਨੇ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਥਰ ਥਰ ਕੰਬਦੇ ਸਨ। ਔਰ ਉਹ ਸਮਾਂ ਜਦੋਂ ਸਿੱਖਾਂ ਨੇ ਹੋਰ ਲੜਾਈਆਂ ਕਰਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਔਰ ਦਾਦਾ ਜੀ ਔਰ
ਉਹਨਾਂ ਨੇ ਬੜਾ ਯੁੱਧ ਕਰਕੇ ਖਾਲਸਾ ਰਾਜ ਜਿਹੜਾ ਉਹ ਕਾਇਮ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੀਆਂ ਅੱਖਾਂ ਮੀਟਦੇ ਹਨ, ਉਸ ਤੋਂ ਬਾਅਦ ਦੇ ਵਿੱਚ ਇਹ ਸਿੱਖ ਰਾਜ ਸਾਡੇ ਹੱਥੋਂ ਜਾਂਦਾ ਵੀ ਆ। ਗਿਆਨੀ ਸੋਹਣ ਸਿੰਘ ਸੀਤਲ ਨੇ ਦੋ ਕਿਤਾਬਾਂ ਲਿਖੀਆਂ ਨੇ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਉਹਨਾਂ ਨੇ ਸਿੱਖ ਰਾਜ ਕਿਵੇਂ ਬਣਿਆ ਦੇ ਵਿੱਚ ਇਹ ਸਾਰਾ ਕੁਛ ਦੱਸਿਆ ਕਿ ਸਿੱਖ ਰਾਜ ਕਿਵੇਂ ਸਿੱਖਾਂ ਨੇ ਬਣਾਇਆ ਆਪਣੇ ਤਨ ਦਾ ਲਹੂ ਡੋਲ ਕੇ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਫਿਰ ਸਿੱਖ ਆਪਸ ਵਿੱਚ ਜਦੋਂ ਇੱਕ ਸਾਰ ਨਾ ਰਹੇ, ਆਪਸ ਵਿੱਚ ਉਹਨਾਂ ਦੀ ਏਕਤਾ ਨਾ ਰਹੀ, ਤਾਂ ਉਹ ਸਿੱਖ ਰਾਜ ਸਾਡੇ ਹੱਥੋਂ ਕਿਵੇਂ ਗਿਆ, ਉਹ ਕਿਵੇਂ ਸਾਡੇ ਹੱਥੋਂ ਗਵਾਚ ਗਿਆ। ਉਹਨਾਂ ਨੇ ਇਹ ਵੀ ਹਵਾਲਾ ਉਸ ਪੁਸਤਕ ਦੇ ਵਿੱਚ ਜਿਹੜਾ ਉਹ ਦਿੱਤਾ। ਔਰ ਮੈਂ ਸਮਝਦਾ ਕਿ ਜਦੋਂ ਕੋਈ ਵੀ ਭਾਵੇਂ ਤਬਕਾ, ਭਾਵੇਂ ਲੇਖਕ ਤਬਕਾ, ਭਾਵੇਂ ਕਿਸੇ ਵੀ ਆਪਾਂ ਤਬਕੇ ਦੀ ਗੱਲ ਕਰ ਲਈਏ, ਜਦੋਂ ਅਸੀਂ ਇਕਜੁੱਟ ਹੋ ਕੇ ਤੁਰਦੇ ਹਾਂ ਤੇ ਸਾਨੂੰ ਕੋਈ ਹਰਾ ਨਹੀਂ ਸਕਦਾ, ਸਾਨੂੰ ਕੋਈ ਡੇਗ ਨਹੀਂ ਸਕਦਾ। ਜਦੋਂ ਅਸੀਂ ਵੱਖਰੇ ਵੱਖਰੇ ਹੁੰਦੇ ਹਾਂ, ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਤਕਰਾਰਬਾਜ਼ੀਆਂ ਕਰਨ ਲੱਗ ਪੈਂਦੇ ਹਾਂ, ਤੇ ਮੈਂ ਸਮਝਦਾ ਕਿ ਉਦੋਂ ਸਾਡਾ ਤੇਜ ਤਪ ਵੀ ਜਿਹੜਾ ਉਹ ਘੱਟ ਜਾਂਦਾ ਤੇ ਅਸੀਂ ਹੇਠਾਂ ਵੱਲ ਨੂੰ ਤੁਰ ਪੈਂਦੇ ਹਾਂ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਨੂੰ ਕੋਈ ਵੀ ਕੰਮ ਜਿਹੜਾ ਉਹ ਇਕਜੁੱਟ ਹੋ ਕੇ ਕਰਨਾ ਚਾਹੀਦਾ। ਕਦੇ ਵੀ ਸਾਨੂੰ ਇੱਕ ਦੂਸਰੇ ਦੇ ਨਾਲ ਚੁਗਲੀ, ਨਿੰਦਿਆ, ਈਰਖਾ ਇਸ ਤਰ੍ਹਾਂ ਦੀ ਮਨ ਦੇ ਵਿੱਚ ਗੱਲ ਕਦੇ ਨਹੀਂ ਰੱਖਣੀ ਚਾਹੀਦੀ। ਔਰ ਡਿੱਗੇ ਨੂੰ ਸਾਨੂੰ ਸਹਾਰਾ ਦੇ ਕੇ ਉਠਾਉਣਾ ਚਾਹੀਦਾ, ਔਰ ਉਹਨੂੰ ਆਪਣਾ ਸਹਾਰਾ ਦੇ ਕੇ ਉਠਾ ਕੇ ਤੇ ਉਹਦੀ ਮਦਦ ਕਰਨੀ ਚਾਹੀਦੀ ਹੈ। ਕਈ ਵਾਰੀ ਅਸੀਂ ਜਦੋਂ ਕਿਸੇ ਦੀ ਚੁਗਲੀ ਵੀ ਕਰਦੇ ਹਾਂ ਤੇ ਉਹਦਾ ਨੁਕਸਾਨ ਕਰ ਦਿੰਦੇ ਬਹੁਤ ਵੱਡਾ। ਮੈਂ ਇੱਥੇ ਇੱਕ ਗੱਲ ਲਿਖੀ ਸੀ, ਉਹ ਨਾ ਕਰ ਚੁਗਲੀ ਯਾਰ, ਚੁਗਲੀ ਮਾੜੀ ਆ, ਤੂੰ ਹੋ ਜਾ ਖਬਰਦਾਰ, ਚੁਗਲੀ ਮਾੜੀ ਆ, ਨਾ ਕਰ ਚੁਗਲੀ ਯਾਰ, ਚੁਗਲੀ ਮਾੜੀ ਆ। ਉਹ ਦਿਨ ਨਾ ਵੇਖੇ, ਰਾਤ ਨਾ ਵੇਖੇ, ਨਹੀਂ ਉਹ ਚੁਗਲੀ ਚੱਲਦੀ, ਘਰ ਬਾਹਰ ਤੇ ਵਿੱਚ ਦਫ਼ਤਰਾਂ ਪੂਰੀ ਚੁਗਲੀ ਚੱਲਦੀ, ਹੱਟੀ ਪੱਠੀ ਚੌਂਕ ਚੁਰਾਹੇ, ਚੁਗਲੀ ਦੀ ਪਰਮਾਰ, ਚੁਗਲੀ ਮਾੜੀ ਆ, ਨਾ ਕਰ ਚੁਗਲੀ ਯਾਰ, ਚੁਗਲੀ ਮਾੜੀ ਆ। ਤੇ ਇਸ ਤਰ੍ਹਾਂ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆ ਨਾ, ਉਹ ਵੀ ਇਹਨਾਂ ਗੱਲਾਂ ਦੇ ਵਿੱਚ ਹੀ ਅੰਤਮ ਸਮਾਂ ਜਿਹੜਾ ਗਵਾਚਾ, ਜਦੋਂ ਸਾਡੇ ਸਿੱਖ ਸਰਦਾਰ ਇੱਕ ਦੂਸਰੇ ਦੀਆਂ ਚੁਗਲੀਆਂ ਕਰਨ ਲੱਗ ਪਏ, ਇੱਕ ਦੂਸਰੇ ਦੇ ਨਾਲ ਉਹਨਾਂ ਦਾ ਪ੍ਰੇਮ ਵਾਲਾ ਨਾਤਾ ਨਾ ਰਿਹਾ, ਤੇ ਸਾਡੇ ਹੱਥੋਂ ਇਹ ਬਹੁਤ ਸੁਨਹਿਰੀ ਜਿਹੜੇ ਪਲ ਸਨ, ਬਹੁਤ ਸੁਨਹਿਰੀ ਸਿੱਖ ਰਾਜ ਜਿਹੜਾ ਅਸੀਂ ਖੂਨ ਡੋਲ ਡੋਲ ਕੇ ਸਥਾਪਿਤ ਕੀਤਾ ਸੀ, ਉਹ ਸਾਡੇ ਹੱਥੋਂ ਚਲੇ ਗਿਆ ਇੱਕ ਸਾਡੀ ਆਪਸੀ ਫੁੱਟ ਕਾਰਨ ਕਰਕੇ। ਤੇ ਵੈਰੀ ਘਾਤ ਲਾ ਕੇ ਬੈਠਾ ਸੀ ਤੇ ਉਹਦਾ ਮਕਸਦ ਸੀ ਕਿ ਅਸੀਂ ਇਹਨਾਂ ਨੂੰ ਵੱਖੋ ਵੱਖਰੇ ਕਰ ਦਈਏ, ਇਹਨਾਂ ਦੇ ਵਿੱਚ ਪਾਰ ਪਾ ਦਈਏ, ਇਹਨਾਂ ਦੇ ਵਿੱਚ ਫੁੱਟ ਪਾ ਦਈਏ, ਅਸੀਂ ਤਾਂ ਰਾਜ ਕਰ ਸਕਦੇ ਹਾਂ। ਤੇ ਮੈਂ ਕਹਿੰਦਾ ਕਿ ਫੁੱਟ ਵੀ ਅਗਲਾ ਉਦੋਂ ਪਾਉਂਦਾ ਜਦੋਂ ਉਹਨੂੰ ਪਤਾ ਹੋਵੇ ਕਿ ਇਹ ਬੰਦਾ ਜਿਹੜਾ ਵਾ ਇਹ ਮੇਰੇ ਕੰਮ ਦਾ, ਇਹ ਮੇਰੇ ਮਗਰ ਲੱਗੂਗਾ, ਮੇਰੀ ਗੱਲ ਦੇ ਉੱਤੇ ਅਸਰ ਕਰੂਗਾ, ਤੇ ਤਾਂ ਉਹ ਫੁੱਟ ਪੈਂਦੀ ਆ। ਫੁੱਟ ਪਾਉਣ ਵਾਲੇ ਬੇਸ਼ੱਕ ਜਿੰਨੇ ਮਰਜ਼ੀ ਆ ਜਾਣ, ਜਦੋਂ ਅਸੀਂ ਕਿਸੇ ਦੇ ਮਗਰ ਹੀ ਨਾ ਲੱਗਾਂਗੇ, ਕਿਸੇ ਦੀ ਗੱਲ ਦੇ ਉੱਤੇ ਅਸਰ ਹੀ ਨਾ ਕਰਾਂਗੇ, ਤੇ ਫੁੱਟ ਕਿਵੇਂ ਪਏਗੀ। ਸੋ ਮੈਂ ਕਹਿਣਾ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਮਾਂ ਆ, ਉਹ ਸਮਾਂ ਉਹੀ ਸਮਾਂ ਸੀ, ਔਰ ਸਾਡੇ ਹੱਥੋਂ ਉਹ ਸਮਾਂ ਨਿਕਲਿਆ ਜਿਹਦਾ
ਅੱਜ ਸਾਨੂੰ ਬਹੁਤ ਵੱਡਾ ਅਫਸੋਸ ਆ ਤੇ ਸਦਾ ਹੀ ਅਫਸੋਸ ਜਿਹੜਾ ਵਾ ਉਹ ਰਹੂਗਾ ਇਸ ਗੱਲ ਦਾ। ਤੇ ਮੈਂ ਇਹ ਕਹਿਣਾ ਕਿ ਇਸ ਤਰ੍ਹਾਂ ਦੇ ਦਿਨ ਜਿਹੜੇ ਨੇ ਉਹ ਦੁਬਾਰਾ ਕਿਸੇ ਵੀ ਸੰਸਥਾ ਦੇ ਵਿੱਚ ਕਿਸੇ ਵੀ ਕਲੱਬ ਦੇ ਵਿੱਚ ਨਾ ਆਉਣ ਤੇ ਇਸ ਗੱਲ ਤੋਂ ਅਸੀਂ ਤਾਂ ਹੀ ਬਚੇ ਰਵਾਂਗੇ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਇੱਕਜੁੱਟ ਹੋ ਕੇ ਤੁਰਾਂਗੇ। ਬਿਲਕੁਲ ਜੀ, ਇੱਕ ਮੈਂ ਤੁਹਾਨੂੰ ਹੋਰ ਵਧੀਆ ਗੱਲ ਦੱਸਣ ਲੱਗੇ ਹੈਗਾ ਕਿ ਸਾਡੇ ਇਸ ਦੇ ਪ੍ਰੋਗਰਾਮ ਚੱਲ ਰਹੇ ਪ੍ਰੋਗਰਾਮ ਦੇ ਸਰੋਤਿਆਂ ਵੱਲੋਂ ਟਿੱਪਣੀਆਂ ਆ ਰਹੀਆਂ ਨੇ। ਇੱਕ ਟਿੱਪਣੀ ਬਲਬੀਰ ਸਿੰਘ ਬੱਬੀ ਹੋਣਾ ਦੀ, ਜਿਹੜੇ ਤੁਹਾਡੇ ਵੈਸੇ ਵੀ ਮਿੱਤਰ ਨੇ, ਉਹਨਾਂ ਵੱਲੋਂ ਆਈ ਹੈ। ਲਿਖਦੇ ਨੇ, ਮਾਨ ਜੀ ਤੁਹਾਨੂੰ ਤੇ ਮੇਰੇ ਮਿੱਤਰ ਸਾਥੀ ਦੋਸਤ ਗੁਰਸੇਵਕ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਬਲਬੀਰ ਬੱਬੀ ਜੀ ਬਹੁਤ ਮਿਆਰੀ ਪੱਤਰਕਾਰ ਨੇ, ਪਿਛਲੇ ਦਿਨਾਂ ਵਿੱਚ ਸਾਡੇ ਨਾਲ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ ਸਨ। ਮੈਂ ਉਹਨਾਂ ਦਾ ਹਮੇਸ਼ਾ ਮਸ਼ਕੂਰ ਹੈ, ਉਹ ਹਮੇਸ਼ਾ ਸਮਾਂ ਕੱਢ ਕੇ ਆਪਣੀ ਟਿੱਪਣੀ ਜਿਹੜੀ ਹੈਗੀ ਹੈ ਪ੍ਰੋਗਰਾਮ ਲਈ ਭੇਜਦੇ ਰਹਿੰਦੇ ਨੇ। ਪ੍ਰੋਫੈਸਰ ਨਤਨੇਮ ਸਿੰਘ ਬੁੱਧੀਜੀਵੀ ਨੇ, ਬੋਟਨੀ ਦੇ ਪ੍ਰੋਫੈਸਰ, ਲਿਖਦੇ ਨੇ, ਮਾਨ ਸਾਹਿਬ ਸਤਿ ਸ੍ਰੀ ਅਕਾਲ, ਕਵੀਸ਼ਰੀ ਵਾਲੇ ਬਹੁਤ ਵਧੀਆ ਜਾਣਕਾਰੀ ਮਿਲੀ ਤੇ ਕਵੀਸ਼ਰੀ ਦੇ ਨੌ ਰੰਗਾਂ ਦੀਆਂ ਵੰਨਗੀਆਂ ਬਾਰੇ ਵੀ ਅੱਜ ਸੁਣਨ ਦਾ ਮੌਕਾ ਬਣਿਆ। ਬਿਲਕੁਲ ਜੀ, ਵਾਕਈ ਉਹਨਾਂ ਨੇ ਨੌ ਰੰਗਾਂ ਦੀ ਜਿਹੜੀ ਗੱਲ ਜਿਹੜੀ ਹੈਗੀ ਹੈ ਦੁਹਰਾ ਕੇ ਇਹ ਸਾਡੀ ਪੁਰਾਤਨ ਕਵਿਤਾ ਜਿਹੜੀ ਸੀਗੀ ਉਹਦੇ ਵਿੱਚ ਇਹ ਵੱਡੀਆਂ ਗੱਲਾਂ ਸਨ ਪ੍ਰੋਫੈਸਰ ਸਾਹਿਬ। ਸੋ ਬਹੁਤ ਖੁਸ਼ੀ ਹੁੰਦੀ ਹੈ ਜੀ ਤੁਹਾਡੇ ਵਰਗੇ ਲੋਕ ਪ੍ਰੋਗਰਾਮ ਸੁਣਦੇ ਨੇ ਤੇ ਫਿਰ ਸਮਾਂ ਕੱਢ ਕੇ ਉਹਦੇ ਉੱਪਰ ਆਪਣੀ ਆਪਣਾ ਪ੍ਰਤੀਕਰਮ ਜਾਂ ਆਪਣੀ ਟਿੱਪਣੀ ਵੀ ਭੇਜਦੇ ਨੇ ਜਿਹੜੀ ਸਾਨੂੰ ਊਰਜਾ ਦਿੰਦੀ ਹੈ। ਔਰ ਸਾਡੇ ਜਿਹੜੇ ਗੈਸਟ ਹੁੰਦੇ ਨੇ ਉਸ ਦਿਨ ਦੇ, ਉਹਨਾਂ ਨੂੰ ਵੀ ਪਤਾ ਲੱਗਦਾ ਵੀ ਕਿੰਨੀ ਦੂਰ ਦੂਰ ਤੱਕ ਰੇਡੀਓ ਦੀ ਆਵਾਜ਼ ਜਿਹੜੀ ਹੈਗੀ ਹੈ ਉਹ ਪਹੁੰਚਦੀ ਹੈ। ਮਿਹਰਬਾਨੀ ਪ੍ਰੋਫੈਸਰ ਸਾਹਿਬ ਔਰ ਮਿਹਰਬਾਨੀ ਬਲਬੀਰ ਬੱਬੀ ਜੀ। ਜੀ ਗੁਰਸੇਵਕ ਸਿੰਘ ਜੀ, ਕੀ ਹੋਰ ਸੁਣਾਉਣਾ ਚਾਹੋਗੇ? ਸਾਡੇ ਕੋਲ ਤਕਰੀਬਨ 12-13 ਮਿੰਟ, 15 ਕੁ ਮਿੰਟ, 14-15 ਕੁ ਮਿੰਟ ਜਿਹੜੇ ਹੈਗੇ ਨੇ ਬਕਾਇਆ ਨੇ, ਮਿਹਰਬਾਨੀ ਜੀ। ਮੈਂ ਪਹਿਲਾਂ ਤੇ ਮੇਰੇ ਪਿਆਰੇ ਮਿੱਤਰ ਬਲਵੀਰ ਸਿੰਘ ਬੱਬੀ ਦਾ ਤੇ ਜਿਨ੍ਹਾਂ ਹੋਰ ਮੇਰੇ ਪਿਆਰਿਆਂ ਨੇ ਕਮੈਂਟ ਕੀਤੇ ਹਨ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਮੇਰੀ ਗੱਲਬਾਤ ਨੂੰ ਸੁਣ ਰਹੇ ਹਨ। ਔਰ ਮੇਰੇ ਕੋਲ ਤਾਂ ਕੁਛ ਨਹੀਂ, ਮੈਂ ਤਾਂ ਉਹਨਾਂ ਭਾਂਡਾ ਹਾਂ, ਮੈਂ ਅਜੇ ਸਿੱਖ ਰਿਹਾ ਹਾਂ, ਸਿਖਿਆਰਥੀ ਹਾਂ, ਪਰ ਮੈਨੂੰ ਫੇਰ ਵੀ ਮੇਰੇ ਇਲਾਕੇ ਦੇ ਲੋਕ, ਦੇਸ਼ ਪ੍ਰਦੇਸ਼ ਦੇ ਲੋਕ ਬਹੁਤ ਪਿਆਰ ਦਿੰਦੇ ਹਨ, ਮੈਂ ਉਹਨਾਂ ਦਾ ਸਦਾ ਰਿਣੀ ਰਹਾਂਗਾ। ਮੇਰੇ ਆਪਣੇ ਕਵੀਸ਼ਰੀ ਦੇ ਉਸਤਾਦ ਕਵੀਸ਼ਰ ਜੀਵਨ ਸਿੰਘ ਜੀ ਔਰ ਮੇਰੇ ਗੁਰਬਾਣੀ ਸੰਸਥਾ ਦੇ ਉਸਤਾਦ ਮਾਸਟਰ ਦਰਸ਼ਨ ਸਿੰਘ ਜੀ, ਮੈਂ ਉਹਨਾਂ ਦਾ ਵੀ ਰਿਣੀ ਰਹਾਂਗਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਦੇ ਸਮਰੱਥ ਹੋਇਆ। ਔਰ ਸਾਡੇ ਆਲੇ ਦੁਆਲੇ ਭੈਣੀ ਸਾਹਿਬ ਦੇ ਜਿੰਨੀਆਂ ਵੀ ਸਾਹਿਤ ਸਭਾਵਾਂ ਹਨ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਸਭਾ ਮੰਡੀ ਗੋਬਿੰਦਗੜ੍ਹ, ਪੰਜਾਬੀ ਸਾਹਿਤ ਸਭਾ ਸਾਡੇ ਕੋਲ ਸਮਰਾਲਾ, ਪੰਜਾਬੀ ਸਾਹਿਤ ਸਭਾ ਸਾਡੇ ਕੋਲ ਪਹਿਲ ਤੋਂ ਵਿਸ਼ਵ ਸਿੱਖ ਸਾਹਿਤ ਅਕਾਦਮੀ, ਉਹਨਾਂ ਦਾ
ਔਰ ਜਿੰਨੀਆਂ ਵੀ ਸਹਿਜ ਸਭਾਵਾਂ ਪੰਜਾਬ ਦੀਆਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਮੈਨੂੰ ਬਹੁਤ ਪਿਆਰ ਬਖਸ਼ਦੇ ਹਨ ਔਰ ਮੇਰੇ ਨਾਲ ਪਿਆਰ ਕਰਦੇ ਹਨ। ਇੱਕ ਪਿਆਰ ਹੀ ਹੈ, ਗੁਰੂ ਗੋਬਿੰਦ ਸਿੰਘ ਲਿਖਦੇ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਮੈਂ ਕਹਿੰਦਾ ਕਿ ਇੱਕ ਪ੍ਰੇਮ ਹੀ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਇੱਕ ਜਗ੍ਹਾ ਦੇ ਉੱਤੇ ਲਿਆ ਕੇ ਇਕੱਠਾ ਕਰ ਦਿੰਦਾ। ਨਫ਼ਰਤ ਦੇ ਨਾਲ ਤਾਂ ਲੋਕ ਟੁੱਟਦੇ ਹਨ, ਜੁੜਦਾ ਕੋਈ ਨਹੀਂ, ਪਰ ਪ੍ਰੇਮ ਸਾਨੂੰ ਇੱਕ ਧਾਗੇ ਦੇ ਵਿੱਚ, ਇੱਕ ਤੰਦ ਦੇ ਵਿੱਚ ਬੰਨੀ ਰੱਖਦਾ ਸਾਰਿਆਂ ਨੂੰ। ਤੇ ਮੈਂ ਇਹੀ ਸੰਦੇਸ਼ ਸਾਰੇ ਸਮੁੱਚੇ ਜਗਤ ਨੂੰ ਦੇਣਾ ਚਾਹੁੰਦਾ ਕਿ ਸੰਸਾਰ ਦੇ ਉੱਤੇ ਹਉਮੈ ਮੈਂ ਮੇਰੀ ਨੂੰ ਛੱਡ ਕੇ ਇੱਕ ਦੂਸਰੇ ਨਾਲ ਪਿਆਰ ਕਰੋ, ਆਪਣੇ ਮਨ ਦੇ ਵਿੱਚੋਂ ਇੱਕ ਦੂਸਰੇ ਪ੍ਰਤੀ ਵਿਰੋਧੀ ਭਾਵਨਾਵਾਂ ਕੱਢ ਕੇ ਇੱਕ ਦੂਸਰੇ ਦੇ ਨਾਲ ਪਿਆਰ ਕਰੋ। ਮੈਂ ਜਿਹੜੀ 35 ਅੱਖਰੀ ਲਿਖੀ ਸੀ ਗੁਰਸੇਵਕ ਗੁੜਿਆਰਾਂ ਦੇ ਵਿੱਚ, ਉਹਦੇ ਬਾਰੇ ਮੈਂ ਇਹ ਲਿਖਿਆ ਵੀ ਆ ਕਿ ਬੰਦੇ ਨੂੰ ਬੁਲੰਦ ਹੌਸਲੇ ਦੇ ਵਿੱਚ ਰਹਿਣਾ ਚਾਹੀਦਾ ਔਰ ਕਦੇ ਵੀ ਕੌੜਾ ਨਹੀਂ ਬੋਲਣਾ ਚਾਹੀਦਾ। ਇੱਥੇ ਮੈਂ ਲਿਖਿਆ, ਬੱਬਾ ਬੋਲੀਏ ਬਚਨ ਪ੍ਰੇਮ ਵਾਲੇ, ਮੰਦਾ ਬਚਨ ਜ਼ੁਬਾਨ ਚੋਂ ਬੋਲੀਏ ਨਾ, ਕੌੜੇ ਬੋਲ ਨੇ ਰੀਠੜੇ ਵਾਂਗ ਹੁੰਦੇ, ਅੰਮ੍ਰਿਤ ਵਿੱਚ ਕਦੇ ਜ਼ਹਿਰ ਨੂੰ ਘੋਲੀਏ ਨਾ, ਮੁੱਠ ਹੀਰਿਆਂ ਨਾਲ ਜੇ ਭਰੀ ਹੋਵੇ, ਕਿਸੇ ਬੇਕਦਰੇ ਅੱਗੇ ਖੋਲੀਏ ਨਾ, ਕਹੇ ਗੁਰਸੇਵਕ ਜਦ ਗੁਰੂ ਦੇ ਵੱਲ ਤੁਰੀਏ, ਲੱਖਾਂ ਔਂਕੜਾਂ ਵਿੱਚ ਵੀ ਡੋਲੀਏ ਨਾ, ਲੱਖਾਂ ਔਂਕੜਾਂ ਵਿੱਚ ਵੀ ਡੋਲੀਏ ਨਾ। ਇੱਕ ਮੈਂ ਅੱਗੇ ਜਾ ਕੇ ਹੋਰ ਗੱਲ ਕਰਦਾ ਕਿ ਜਦੋਂ ਅਸੀਂ ਕਿਸੇ ਦੇ ਨਾਲ ਤੁਰ ਪੈਂਦੇ ਹਾਂ, ਕਿਸੇ ਨੂੰ ਆਪਣਾ ਸੱਜਣ ਬਣਾ ਲੈਂਦੇ, ਕਿਸੇ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਾਂ, ਤੇ ਕਦੀ ਵੀ ਉਹ ਤੋਂ ਪਿੱਛਾ ਨਹੀਂ ਮੋੜਨਾ ਚਾਹੀਦਾ। ਤੇ ਮੈਂ ਇਹ ਲਿਖਦਾ ਕਿ ਯਈਆ ਯਾਰੀਆਂ ਕਿਸੇ ਦੇ ਨਾਲ ਲਾਈਏ, ਪਿੱਛੇ ਹਟੀਏ ਨਾ ਭਾਵੇਂ ਇਮਾਨ ਜਾਵੇ, ਜਿਹਦੀ ਬਾਂਹ ਫੜੀਏ ਉਹਦੀ ਛੋੜੀਏ ਨਾ, ਭਾਵੇਂ ਆਣ ਜਾਵੇ ਭਾਵੇਂ ਸ਼ਾਨ ਜਾਵੇ, ਯਾਦ ਯਾਰ ਦੀ ਵਿੱਚ ਹੀ ਲੀਨ ਰਹੀਏ, ਭਾਵੇਂ ਮਾਣ ਜਾਵੇ ਭਾਵੇਂ ਤਾਣ ਜਾਵੇ, ਕਹੇ ਗੁਰਸੇਵਕ ਨਾ ਮੁੱਖ ਨੂੰ ਮੋੜੀਏ ਜੀ, ਭਾਵੇਂ ਜਿੰਦ ਜਾਵੇ ਤੇ ਭਾਵੇਂ ਜਾਣ ਜਾਵੇ, ਭਾਵੇਂ ਜਿੰਦ ਚਲੀ ਜਾਵੇ ਜਾਨ ਚਲੀ ਜਾਵੇ, ਪਰ ਜਿਹਦੀ ਬਾਂਹ ਫੜ ਲਈਦੀ ਆ ਉਹਦੇ ਨਾਲ ਕਦੀ ਧੋਖਾ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਸਾਨੂੰ ਤੁਰਨਾ ਚਾਹੀਦਾ। ਕਿਤਾਬਾਂ ਦੇ ਵਿੱਚੋਂ ਮਾਨ ਸਾਹਿਬ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਅਸੀਂ ਚੰਗੇ ਬਣਨਾ, ਜੇ ਅਸੀਂ ਸਾਹਿਤ ਪੜ੍ਹ ਕੇ, ਜੇ ਅਸੀਂ ਕਿਤਾਬਾਂ ਪੜ੍ਹ ਕੇ ਤੇ ਚੰਗੇ ਨਾ ਬਣ ਸਕੇ, ਆਪਣਾ ਸੁਭਾਅ ਜਿਹੜਾ ਉਹਨੂੰ ਨਾ ਬਦਲ ਸਕੇ, ਕਿਸੇ ਪ੍ਰਤੀ ਵਿਰੋਧੀ ਭਾਵਨਾ ਰੱਖਦੇ ਹਾਂ, ਕਿਸੇ ਨੂੰ ਥੱਲੇ ਡੇਗਣ ਦਾ ਯਤਨ ਕਰਦੇ ਹਾਂ, ਤੇ ਫਿਰ ਸਾਡਾ ਸਾਹਿਤ ਪੜ੍ਹੇ ਦਾ ਵੀ ਕੋਈ ਫਾਇਦਾ ਨਹੀਂ ਤੇ ਸਾਹਿਤ ਲਿਖੇ ਦਾ ਵੀ ਸਾਡਾ ਕੋਈ ਫਾਇਦਾ ਨਹੀਂ। ਸਾਹਿਤ ਅਸੀਂ ਲਿਖ ਕੇ ਇਹ ਲੋਕਾਂ ਨੂੰ ਦੱਸਣਾ ਹੁੰਦਾ ਕਿ ਤੁਸੀਂ ਕੁਰੀਤੀਆਂ ਤੋਂ ਬਚੋ, ਬੁਰਿਆਈਆਂ ਤੋਂ ਬਚੋ, ਤੇ ਜੇ ਅਸੀਂ ਖੁਦ ਆਪ ਬੁਰਿਆਈਆਂ ਦੇ ਵਿੱਚ ਫਸੇ ਹੋਏ ਹਾਂ ਤੇ ਅਸੀਂ ਲੋਕਾਂ ਨੂੰ ਬਚਣ ਵਾਸਤੇ ਸਿੱਖਿਆ ਕਿਵੇਂ ਦੇਵਾਂਗੇ। ਮੈਂ ਇਸ ਕਰਕੇ ਸਭ ਨੂੰ ਇਹ ਬੇਨਤੀ ਕਰਦਾ ਕਿ ਸਭ ਨਾਲ ਪ੍ਰੇਮ ਕਰੋ, ਇੱਕ ਪ੍ਰੇਮ ਹੀ ਐਸੀ ਚੀਜ਼ ਹੈ ਜਿਸ ਦੇ ਨਾਲ ਤੁਸੀਂ ਕਿਸੇ ਨੂੰ ਜਿੱਤ ਸਕਦੇ ਹੋ। ਕਦੀ ਲੜਾਈ ਝਗੜਾ ਈਰਖਾ ਚੁਗਲੀ ਨਿੰਦਿਆ ਕਰਕੇ ਤੁਸੀਂ ਕਿਸੇ ਨੂੰ ਜਿੱਤ ਨਹੀਂ ਸਕਦੇ, ਜੇ ਤੁਸੀਂ ਕਿਸੇ ਨੂੰ ਜਿੱਤਣਾ ਤੇ ਉਹ ਤੁਸੀਂ ਪ੍ਰੇਮ ਦੇ ਨਾਲ ਜਿੱਤ ਸਕਦੇ ਹੋ। ਇਹ ਗੱਲ ਬਹੁਤ ਚੰਗੀ ਲੱਗੀ ਤੁਹਾਡੀ। ਤੁਸੀਂ ਇੱਕ ਕਿੱਸਾ ਜਿਹੜਾ ਸੀਗਾ ਭਗਤ ਪੂਰਨ ਦੇ ਉੱਪਰ ਵੀ, ਜਿਹੜਾ ਪੂਰਨ ਭਗਤ ਦੇ ਉੱਪਰ ਵੀ ਕਿੱਸਾ ਜਿਹੜਾ ਲਿਖਿਆ, ਇਹ ਜਿਹੜੇ ਪੁਰਾਤਨ ਕਿੱਸੇ ਸਨ
ਉਹਨਾਂ ਦੇ ਲਿਖਾਰੀ ਤੇ ਬਹੁਤ ਵੱਡੇ ਵੱਡੇ ਤੇ ਜਿਵੇਂ ਤੁਸੀਂ ਰਾਜਬ ਅਲੀ ਦਾ ਨਾਂ ਲਿਆ ਸੀ ਔਰ ਸਦਾ ਰਾਮ ਕਹਿੰਦੇ ਸਨ ਉਸ ਸਮੇਂ ਦੇ ਵੱਡੇ ਵੱਡੇ ਜਿਹੜੇ ਕਵਿਤਾ ਦੇ ਲਿਖਾਰੀ ਸਨ ਉਹਨਾਂ ਨੇ ਕਿੱਸਾ ਲਿਖ ਕੇ ਔਰ ਜਿਹੜੇ ਪੁਰਾਤਨ ਸਨ ਜਿਹਨਾਂ ਵਿੱਚ ਵਾਰਿਸ ਵਰਗਿਆਂ ਦਾ ਆਪਾਂ ਜ਼ਿਕਰ ਹੁਣ ਕਰ ਨਹੀਂ ਸਕਦੇ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਮੈਂ ਵਿਸ਼ੇ ਤੋਂ ਪਾਸੇ ਵੀ ਨਹੀਂ ਜਾਣਾ ਚਾਹੁੰਦਾ ਤੇ ਪਰ ਮੈਂ ਕਿਉਂਕਿ ਤੁਹਾਨੂੰ ਇੱਕ ਦਾਤ ਦੇਣਾ ਚਾਹੁੰਦਾ ਕਿ ਪੂਰਨ ਭਗਤ ਦਾ ਈਵਨ ਕਿੱਸਾ ਜਿਹੜਾ ਹੈਗਾ ਉਹ ਗੱਲ ਵੀ ਜਿਹੜੀ ਹੈਗੀ ਹੈ ਹੁਣ ਮੈਨੂੰ ਲੱਗਦੀ ਹੈ ਵੀ ਜਿਹੜੀਆਂ ਹੁਣ ਦੀ ਪੁਸ਼ਤ ਹੈ ਉਹਨਾਂ ਨੂੰ ਪੂਰਨ ਭਗਤ ਬਾਰੇ ਜਾਂ ਉਹਦੀ ਗਾਥਾ ਬਾਰੇ ਉਹਦੇ ਕਿੱਸੇ ਬਾਰੇ ਉਹ ਕਹਾਣੀ ਕੀ ਸੀ ਇਹ ਸਭ ਕੁਝ ਜਿਹੜਾ ਹੈਗਾ ਭੁੱਲ ਚੁੱਕਿਆ ਹਾਂ ਇਹ ਜਿਹੜੇ ਸਾਡਾ ਕਲਾਸੀਕਲ ਸਾਹਿਤ ਹੈ ਉਹਦੇ ਵਿੱਚ ਜ਼ਰੂਰ ਜਿਹੜੇ ਲੋਕਾਂ ਦਾ ਉਹਦੇ ਵਿੱਚ ਰੁਝਾਅ ਹੈ ਉਹ ਉਹਨਾਂ ਨੂੰ ਜ਼ਰੂਰ ਉਸ ਗੱਲ ਦਾ ਪਤਾ ਪਰ ਦੂਸਰਿਆਂ ਨੂੰ ਨਹੀਂ ਪਤਾ ਜੇ ਤੁਸੀਂ ਕੁਝ ਸਤਰਾਂ ਤੁਹਾਨੂੰ ਯਾਦ ਨੇ ਇਸ ਕਿੱਸੇ ਦੀਆਂ ਪੂਰਨ ਭਗਤ ਦੇ ਕਿੱਸੇ ਦੀਆਂ ਤਾਂ ਮੈਂ ਚਾਹਵਾਂਗਾ ਵੀ ਪ੍ਰੋਗਰਾਮ ਸਮਾਪਤ ਹੋਣ ਤੋਂ ਪਹਿਲਾਂ ਜੇ ਉਹ ਵੀ ਵਿੱਚ ਕੁਝ ਸਤਰਾਂ ਵੀ ਭਾਵੇਂ ਸੁਣਾ ਦੇਵੋ ਤਾਂ ਬਹੁਤ ਚੰਗਾ ਲੱਗੂਗਾ ਹਾਂਜੀ ਮੈਂ ਦੱਸਣਾ ਚਾਹੁੰਦਾ ਕਿ ਪੂਰਨ ਭਗਤ ਦਾ ਕਿੱਸਾ ਇੱਕ ਕਵੀਸ਼ਰ ਨੇ ਜਾਂ ਇੱਕ ਕਵੀ ਨੇ ਨਹੀਂ ਲਿਖਿਆ ਬਹੁਤ ਸਾਰੇ ਕਵੀਸ਼ਰਾਂ ਨੇ ਪੂਰਨ ਭਗਤ ਦਾ ਕਿੱਸਾ ਜਿਹੜਾ ਉਹ ਲਿਖਿਆ ਔਰ ਇਹ ਪੁਰਾਤਨ ਕਿੱਸਾ ਹੈ ਤੇ ਇਹ ਕਿੱਸੇ ਜਦੋਂ ਅਸੀਂ ਪੜ੍ਹਦੇ ਸੀ ਛੋਟੇ ਹੁੰਦੇ ਮੇਲਿਆਂ ਦੇ ਵਿੱਚੋਂ ਲੈ ਕੇ ਤੇ ਉਹ ਇੰਨੇ ਇੰਟਰਸਟਿੰਗ ਹੁੰਦੇ ਸੀ ਇੰਨੇ ਉਹ ਸਵਾਦਲੇ ਹੁੰਦੇ ਸੀ ਕਿ ਸਾਡਾ ਦਿਲ ਕਰਦਾ ਕਿ ਉਹਨਾਂ ਨੂੰ ਵਾਰ ਵਾਰ ਪੜ੍ਹੀਏ ਤੇ ਸਾਡੇ ਮਨ ਦੇ ਵਿੱਚ ਉਦੋਂ ਚੇਤਕ ਲੱਗਦੀ ਸੀ ਅਸੀਂ ਬਚਪਨ ਦੇ ਵਿੱਚ ਹੁੰਦੇ ਸੀ ਵੀ ਇਹ ਬਹੁਤ ਇਹਨੂੰ ਪੜ੍ਹ ਕੇ ਰਸ ਆਉਂਦਾ ਹੈ ਤੇ ਕੁਛ ਨਾ ਕੁਛ ਇਹਦੇ ਵਿੱਚ ਲਿਖਿਆ ਜਾਵੇ ਸੋ ਬਹੁਤ ਚਿਰ ਤੋਂ ਵਿਚਾਰ ਜਿਹੜੇ ਨੇ ਉਹ ਘੁੰਮਦੇ ਰਹੇ ਇਸ ਕਿੱਸੇ ਨੂੰ ਲਿਖਣ ਵਾਸਤੇ ਤੇ ਇਸੇ ਤਰ੍ਹਾਂ ਹੀ ਇਹਨਾਂ ਵਿਚਾਰਾਂ ਦੇ ਵਿੱਚੋਂ ਹੀ ਇਸ ਕਿੱਸੇ ਦਾ ਜਨਮ ਹੋਇਆ ਔਰ ਮੈਂ ਇਹ ਸੋਚਦਾ ਕਿ ਮੈਂ ਇਸ ਕਿੱਸੇ ਦੇ ਵਿੱਚ ਕੁਛ ਤਬਦੀਲੀਆਂ ਕੀਤੀਆਂ ਜਿਹੜੇ ਤੁਹਾਨੂੰ ਪਹਿਲੇ ਕਿੱਸੇ ਪੜ੍ਹਨ ਨੂੰ ਮਿਲਣਗੇ ਪਹਿਲੇ ਵਿਸ਼ਰਾਂ ਦੇ ਲਿਖੇ ਹੋਏ ਉਹ ਜ਼ਿਆਦਾਤਰ ਤੁਹਾਨੂੰ ਬੈਂਤ ਦੇ ਵਿੱਚ ਹੀ ਪੜ੍ਹਨ ਨੂੰ ਮਿਲਣਗੇ ਮੈਂ ਇਸ ਕਿੱਸੇ ਦੇ ਵਿੱਚ ਇਹ ਵਾਅਦਾ ਕੀਤਾ ਕਿ ਮੇਰੇ ਇਸ ਕਿੱਸੇ ਦੇ ਵਿੱਚ ਕਵੀਸ਼ਰੀ ਦੀਆਂ ਵੱਖ ਵੱਖ ਵਣਗੀਆਂ ਦੇ ਜਿਹੜੇ ਛੰਦ ਨੇ ਜਿਵੇਂ ਕਿ ਕਵਿਤ ਛੰਦ ਜਿਵੇਂ ਕਿ ਬੈਂਤ ਛੰਦ ਜਿਵੇਂ ਕਿ ਕੋਰੜਾ ਛੰਦ ਝੋਕ ਛੰਦ ਲੰਦੀ ਝੋਕ ਲਹਿਰੀਆ ਛੰਦ ਇਸ ਤੋਂ ਬਿਨਾਂ ਪੌੜੀ ਛੰਦ ਕੋਰੜਾ ਛੰਦ ਇਸ ਤੋਂ ਬਿਨਾਂ ਤਰਨ ਛੰਦ ਵਿਓੜ ਛੰਦ ਔਰ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਸਾਰੀਆਂ ਛੰਦਾਂ ਦੀਆਂ ਵਣਗੀਆਂ ਹਨ ਤੇ ਇਹਨਾਂ ਵੱਖ ਵੱਖ ਵਣਗੀਆਂ ਦੇ ਛੰਦ ਸਿਰਜ ਕੇ ਤੇ ਮੈਂ ਇਸ ਕਿੱਸੇ ਦੀ ਸਿਰਜਣਾ ਜਿਹੜੀ ਆ ਉਹ ਕੀਤੀ ਆ ਔਰ ਇਹਦੇ ਵਿੱਚ ਮਤਲਬ ਛੰਦਾਬੰਦੀ ਤੋਂ ਬਿਨਾਂ ਜਿਹੜੇ ਕਵਿਤ ਨੇ ਉਹ ਵੀ ਮੈਂ ਵਿੱਚ ਦਰਜ ਕੀਤੇ ਆ ਔਰ ਕੁਛ ਨਵੀਆਂ ਕਾਢਾਂ ਜਿਹੜੀਆਂ ਪਹਿਲਿਆਂ ਕਿੱਸਿਆਂ ਦੇ ਵਿੱਚ ਨਹੀਂ ਹੋਈਆਂ ਉਹ ਮੈਂ ਨਵੀਆਂ ਕਾਢਾਂ ਕੁਛ ਜਿਹੜੀਆਂ ਨੇ ਕੱਢੀਆਂ ਜਿਵੇਂ ਲੂਣਾ ਬਾਰੇ ਗੱਲ ਆਪਾਂ ਜਦੋਂ ਕਰਦੇ ਹਾਂ ਤੇ ਲੂਣਾ ਨੂੰ ਮੈਂ
ਉਸ ਜਗ੍ਹਾ ਦੇ ਉੱਤੇ ਲਿਆ ਕੇ ਖਿਲਾਰਿਆ ਕਿ ਜਿੱਥੇ ਔਰਤ ਦਾ ਸਵੈ ਮਾਨ ਬਣਦਾ। ਔਰ ਅਸੀਂ ਰਾਜੇ ਨੂੰ ਇੱਕ ਪਾਸੇ ਦੇਖਦੇ ਹਾਂ, ਇੱਕ ਪਾਸੇ ਲੂਣਾ ਨੂੰ ਦੇਖਦੇ ਹਾਂ, ਤੇ ਉਸ ਟਾਈਮ ਰਾਜੇ ਦੀ ਉਮਰ ਜਿਹੜੀ ਆ ਉਹ ਵੱਡੀ ਆ, ਬਹੁਤ ਵੱਡੀ ਆ, ਲੂਣਾ ਉਮਰ ਦੀ ਛੋਟੀ ਆ। ਤੇ ਜਦੋਂ ਅਸੀਂ ਸਮਾਜ ਦੇ ਵਿੱਚ ਇੱਕ ਛੋਟੀ ਲੜਕੀ ਦਾ, ਛੋਟੀ ਉਮਰ ਦੀ ਬੱਚੀ ਦਾ ਵਿਆਹ ਇੱਕ ਬਜ਼ੁਰਗ ਨਾਲ ਕਰਾਂਗੇ, ਤੇ ਉੱਥੇ ਕਿਸ ਤਰ੍ਹਾਂ ਦੇ ਹਾਵ ਭਾਵ ਜਿਹੜੇ ਨੇ ਉਹ ਪ੍ਰਗਟ ਹੋ ਸਕਦੇ ਆ, ਔਰ ਉਹ ਰਿਸ਼ਤੇ ਕਿੰਨਾ ਕੁ ਚਿਰ ਤੋਰ ਤੱਕ ਨਿਭ ਸਕਦੇ ਆ, ਇਹ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਇੱਕ ਪੁਰਸ਼ ਜਿਹੜਾ ਇੱਕ ਔਰਤ ਦੇ ਨਾਲੋਂ 10 ਸਾਲ ਵੱਡਾ, ਤੇ ਉਹ ਰਿਸ਼ਤਾ ਕਿੰਨਾ ਕੁ ਚਿਰ ਜਿਹੜਾ ਹੈ ਉਹ ਨਿਭ ਸਕਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਕਾਢਾਂ ਮੈਂ ਇਸ ਕਿੱਸੇ ਦੇ ਵਿੱਚ ਦਰਜ ਕੀਤੀਆਂ ਨੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ। ਔਰ ਮੈਂ ਇਹ ਸਮਝਦਾ ਕਿ ਇਹ ਜਿਹੜਾ ਮੇਰਾ ਕਿੱਸਾ ਸੀ, ਮੈਂ ਕੋਸ਼ਿਸ਼ ਕਰੂੰਗਾ ਮੇਰੀਆਂ ਕਿਤਾਬਾਂ ਜਿਹੜੀਆਂ ਤੁਹਾਡੇ ਤੱਕ ਵੀ ਪਹੁੰਚਦੀਆਂ ਕਰਾਂ, ਤੇ ਇਹ ਕਿੱਸਾ ਮੇਰਾ ਜਿਹੜਾ ਪੂਰਨ ਭਗਤ ਦਾ ਕਿੱਸਾ, ਇਹ ਬਹੁਤ ਪ੍ਰਫੁੱਲਤ ਹੋਇਆ। ਔਰ ਆਲੇ ਦੁਆਲੇ ਜਿੰਨੇ ਵੀ ਸਾਹਿਤਕਾਰ ਵੱਡੇ ਕੱਦ ਦੇ ਜਿਹੜੇ ਬੰਦੇ ਨੇ, ਉਹਨਾਂ ਨੇ ਮੈਨੂੰ ਬਕਾਇਦਾ ਲਿਖ ਕੇ ਭੇਜਿਆ ਕਿ ਗੁਰਸੇਵਕ ਸਿੰਘ ਜੀ, ਤੁਹਾਡਾ ਜਿਹੜਾ ਕਿੱਸਾ ਵਾ ਇਹ ਯਾਦਗਾਰੀ ਕਿੱਸਾ ਬਣ ਗਿਆ। ਔਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜੋ ਕੁਛ ਵੀ ਮੈਨੂੰ ਮਿਲਿਆ, ਮੇਰੇ ਸੱਜਣਾਂ ਤੋਂ ਮਿਲਿਆ, ਪਿਆਰਿਆਂ ਤੋਂ ਮਿਲਿਆ, ਮੈਨੂੰ ਮੇਰੇ ਚਾਹੁਣ ਵਾਲਿਆਂ ਤੋਂ ਮਿਲਿਆ, ਤੁਹਾਡੇ ਵਰਗੇ ਮਾਨ ਸਾਹਿਬ ਵਰਗੇ ਸੱਜਣਾਂ ਦੇ ਕੋਲੋਂ ਮੈਨੂੰ ਮਿਲਿਆ, ਮੈਂ ਸਦਾ ਹਮੇਸ਼ਾ ਸਮਾਜ ਦੇ ਲੋਕਾਂ ਦਾ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਦਾ ਮੈਂ ਰਿਣੀ ਰਹੂੰਗਾ ਕਿ ਉਹ ਮੈਨੂੰ ਪਸੰਦ ਕਰਦੇ ਨੇ ਔਰ ਮੇਰੇ ਨਾਲ ਪਿਆਰ ਕਰਦੇ ਨੇ। ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ। ਬੂਟਾ ਗੁਲਾਮੀ ਵਾਲਾ ਬਹੁਤ ਵੱਡਾ ਨਾਂ ਹੈ, ਉਹਨਾਂ ਦੀ ਵੀ ਟਿੱਪਣੀ ਆਈ ਹੈ, ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਜੀਤ ਕੱਦੋਂ ਵਾਲਾ ਜਿਹੜੇ ਵੱਡੇ ਗੀਤਕਾਰ ਨੇ, ਉਹਨਾਂ ਦੇ ਕਿੰਨੇ ਗੀਤ ਜਿਹੜੇ ਹੈਗੇ ਨੇ ਵੱਖ ਵੱਖ ਗਾਇਕਾਂ ਅਤੇ ਗਾਇਕਾਵਾਂ ਨੇ ਰਿਕਾਰਡ ਕਰਵਾਏ ਹੋਏ ਨੇ, ਸਾਡੇ ਮਿੱਤਰ ਨੇ, ਉਹ ਵੀ ਕਹਿੰਦੇ ਨੇ ਵਾਹ ਵਾਹ ਜੀ ਬਹੁਤ ਖੂਬ ਸ਼ਾਨਦਾਰ ਪ੍ਰੋਗਰਾਮ। ਮਿਹਰਬਾਨੀ ਜੀਤ ਕੱਦੋਂ ਵਾਲਾ ਜੀ, ਅਤੇ ਮਿਹਰਬਾਨੀ ਬੂਟਾ ਗੁਲਾਮੀ ਵਾਲਾ ਜੀ, ਆਪਣੀਆਂ ਤੁਹਾਡੀਆਂ ਪ੍ਰਤੀਕਿਰਿਆਵਾਂ ਸਾਡੇ ਕੋਲ ਪਹੁੰਚ ਗਈਆਂ ਨੇ, ਬਹੁਤ ਸ਼ੁਕਰੀਆ ਤੁਹਾਡਾ ਯਾਦ ਕਰਨ ਵਾਸਤੇ, ਮਿਹਰਬਾਨੀ ਜੀ। ਲਓ ਜੀ, ਮਾਨ ਸਾਹਿਬ ਮੈਂ 5 ਮਿੰਟ ਬਚੇ ਨੇ, ਤੇ ਜਾਂਦੇ ਜਾਂਦੇ ਹੋਰ ਕੀ ਕੁਛ ਕਹਿਣਾ ਚਾਹੋਗੇ? ਮਾਨ ਸਾਹਿਬ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਇਹ ਜੀਤ ਕੱਦੋਂ ਵਾਲੇ ਨੇ, ਇਹ ਉਹੀ ਨੇ ਕਿ ਜਿਨ੍ਹਾਂ ਦੇ ਗੀਤ ਰਵਿੰਦਰ ਗਰੇਵਾਲ ਉਹਨਾਂ ਨੇ ਗਾਏ ਨੇ? ਬਿਲਕੁਲ ਉਹੀ ਨੇ, ਉਹੀ ਨੇ। ਸਪਸ਼ਟ ਕਰਿਓ ਜੀ, ਥੋੜਾ ਸਪਸ਼ਟ ਕਰਿਓ। ਬਿਲਕੁਲ ਉਹੀ ਨੇ ਜੀ, ਉਹੀ ਨੇ। ਹਾਂਜੀ, ਮੈਂ ਜੀਤ ਕੱਦੋਂ ਵਾਲਾ ਦਾ ਵੀਰ ਮੇਰੀ ਆਵਾਜ਼ ਸੁਣਦਾ ਹੋਊਗਾ, ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਬਚਪਨ ਦੇ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਵਿੱਚ, ਉਦੋਂ ਸਾਡੇ ਵੀਰ ਰਵਿੰਦਰ ਗਰੇਵਾਲ ਹੋਣੀ ਨਵੇਂ ਨਵੇਂ ਉੱਠੇ ਸਨ ਅਜੇ, ਤੇ ਮੈਂ ਉਹਨਾਂ ਦੇ ਗੀਤ, ਜੀਤ ਕੱਦੋਂ ਵਾਲਿਆਂ ਦੇ ਗੀਤ ਮੈਂ ਬਹੁਤ ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜੇ ਨੇ ਉਹ ਸੁਣੇ ਨੇ, ਤੇ ਉਹ ਗੀਤ ਵੀ ਬੜੇ ਕਮਾਲ ਦੇ ਹੁੰਦੇ ਸਨ। ਤੇ ਮੈਂ ਭਾਜੀ ਉਹਨਾਂ ਨੂੰ ਵਧਾਈ ਦਿੰਦਾ ਕਿ ਮੈਂ ਇਹਨਾਂ ਨੂੰ ਕਦੀ ਮਿਲਿਆ ਨਹੀਂ, ਪਰ ਬਹੁਤ ਸੋਹਣਾ ਲਿਖਿਆ ਇਹਨਾਂ ਨੇ ਜਿੰਨਾ ਵੀ ਲਿਖਿਆ, ਤੇ ਮੈਂ ਇਹਨਾਂ ਨੂੰ ਇਹ ਵਧਾਈ ਦਿੰਦਾ। ਔਰ ਮਾਨਸਾ, ਮੈਂ ਇੱਕ ਕਵੀਸ਼ਰੀ ਦੇ ਹਾਸਰਸ ਜਿਹੜੇ ਆਪਣਾ ਹਾਸਰਸ ਜਿਹੜਾ ਉਹਦੇ ਵਿੱਚ ਇੱਕ ਕਵਿਤਾ ਤੁਹਾਨੂੰ
ਸੁਣਾਉਣਾ ਵਾ ਜਰੂਰ ਜੀ ਜਦੋਂ ਜਲਦੀ ਜੀ ਸਮਾਂ ਥੋੜਾ ਹਾਂਜੀ ਜਦੋਂ ਸਾਲ ਦੀ ਸਮਾਪਤੀ ਹੋ ਜਾਂਦੀ ਆ ਜੀ ਉਦੋਂ ਦਸੰਬਰ ਮਹੀਨਾ ਆ ਜਾਂਦਾ ਜੀ ਤੇ ਦਸੰਬਰ ਮਹੀਨੇ ਦੇ ਅਖੀਰ ਦੇ ਉੱਤੇ 31 ਦਸੰਬਰ ਵਾਲੇ ਦਿਨ ਅਸੀਂ ਇਹ ਮੰਨਦੇ ਹਾਂ ਕਿ ਉਸ ਤੋਂ ਅਗਲੇ ਦਿਨ ਨਵਾਂ ਸਾਲ ਜਿਹੜਾ ਵਾ ਉਹ ਚੜ ਜਾਏਗਾ ਤੇ ਉਹ 31 ਦਸੰਬਰ ਨੂੰ ਮੈਂ ਸੁੱਤਾ ਪਿਆ ਆ ਤੇ ਮੈਨੂੰ ਸੁੱਤੇ ਪਏ ਨੂੰ ਇੱਕ ਸੁਪਨਾ ਆਉਂਦਾ ਹੈ ਤੇ ਉਹ ਸੁਪਨੇ ਦੇ ਵਿੱਚ ਮੇਰੀ ਘਰ ਵਾਲੀ ਮੈਨੂੰ ਕੁਛ ਕਹਿ ਰਹੀ ਆ ਤੇ ਮੈਂ ਕੀ ਸੋਚਦਾ ਹਾਂ ਤੇ ਘਰ ਵਾਲੀ ਮੈਨੂੰ ਸੁਪਨੇ ਦੇ ਵਿੱਚ ਕੀ ਕਹਿ ਰਹੀ ਆ ਮੈਂ ਇੱਕ ਕਵਿਤਾ ਲਿਖੀ ਸੀ ਹਾਸ ਰਸ ਦੇ ਵਿੱਚ ਇੱਕ ਵਿਸ਼ਰੀ ਦਾ ਇੱਕ ਹਾਸ ਰਸ ਕਵਿਸ਼ਰੀ ਦੀ ਇੱਕ ਬਣਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਇਹ ਕਵਿਤਾ ਜਿਹੜੀ ਉਹ ਸੁਣਾਉਣਾ ਮੈਂ ਲਿਖਿਆ ਸੀ 31 ਦਸੰਬਰ ਰਾਤ ਨੂੰ ਮੈਨੂੰ ਸੁਪਨਾ ਆਇਆ ਆ 31 ਦਸੰਬਰ ਰਾਤ ਨੂੰ ਮੈਨੂੰ ਸੁਪਨਾ ਆਇਆ ਆ ਸੁਪਨੇ ਵਿੱਚ ਘਰ ਵਾਲੀ ਨੂੰ ਏਦਾਂ ਫੁਰਮਾਇਆ ਕਹਿੰਦਾ ਝਾਂਜਰ ਮੈਂ ਬਣਵਾ ਦੂੰਗਾ ਨੀ ਨਵੇਂ ਸਾਲ ਵਿੱਚ ਓਕਾ ਮੈਂ ਕਰਵਾ ਦੂੰਗਾ ਨੀ ਨਵੇਂ ਸਾਲ ਵਿੱਚ ਚੰਡੀਗੜ੍ਹ ਝੀਲ ਵਿਖਾ ਦੂੰਗਾ ਨੀ ਨਵੇਂ ਸਾਲ ਵਿੱਚ ਤੇ ਸ਼ਿਮਲੇ ਸੈਰ ਕਰਾ ਦੂੰਗਾ ਨੀ ਨਵੇਂ ਸਾਲ ਵਿੱਚ ਮਹਿੰਗਾ ਸੂਟ ਸਵਾ ਦੂੰਗਾ ਨੀ ਨਵੇਂ ਸਾਲ ਵਿੱਚ ਤੇ ਐਕਟਵਾ ਨਵੀਂ ਲਿਆ ਦੂੰਗਾ ਨੀ ਨਵੇਂ ਸਾਲ ਵਿੱਚ ਕੁੱਲੂ ਮਨਾਲੀ ਘੁਮਾ ਦੂੰਗਾ ਨੀ ਨਵੇਂ ਸਾਲ ਵਿੱਚ ਸਿਨੇਮੇ ਫਿਲਮ ਵਿਖਾ ਦੂੰਗਾ ਨੀ ਨਵੇਂ ਸਾਲ ਵਿੱਚ ਬਰਗਰ ਚਾਟ ਖਵਾ ਦੂੰਗਾ ਨੀ ਨਵੇਂ ਸਾਲ ਵਿੱਚ ਤੇ ਵਾਲ ਤੇਰੇ ਮੈਂ ਵਾਧੂੰਗਾ ਨੀ ਨਵੇਂ ਸਾਲ ਵਿੱਚ ਸਬਜ਼ੀ ਨਾਲ ਚਰਾ ਦੂੰਗਾ ਨੀ ਨਵੇਂ ਸਾਲ ਵਿੱਚ ਭਾਂਡੇ ਨਾਲ ਮਜਾ ਦੂੰਗਾ ਨੀ ਨਵੇਂ ਸਾਲ ਵਿੱਚ ਅੱਖ ਖੁੱਲੀ ਤਾਂ ਦੋਸਤੋ ਮੈਂ ਖਿੜ ਖਿੜ ਹੱਸਿਆ ਸੁਪਨਾ ਆਪਣੀ ਮੇਮ ਨੂੰ ਮੈਂ ਨਹੀਂ ਹੂੰ ਦੱਸਿਆ ਸੋਚਿਆ ਦੱਸਿਆ ਹਾਲ ਜੇ ਉਸ ਟੇਕਣਾ ਬਹਿਣਾ ਸੁਪਨਾ ਦੱਸ ਕੇ ਦੋਸਤੋ ਕਿਉਂ ਪੰਗਾ ਲੈਣਾ ਤੇ ਗੱਲ ਨਾ ਦੱਸੀ ਘਰ ਵਾਲੀ ਨੂੰ ਤਰ ਜਾ ਭਾਈ ਜੇ ਲੈਣਾ ਹੈ ਸੁੱਖ ਤਾਂ ਚੁੱਪ ਕਰ ਜਾ ਭਾਈ ਤੇ ਗੁਪਤ ਰੱਖਣੇ ਚਾਹੀਦੇ ਇਹ ਰਾਜ ਨਿਆਰੇ ਢਿੱਲੋਂ ਭੇਦ ਛੁਪਾ ਗਿਆ ਸੀਨੇ ਵਿੱਚ ਸਾਰੇ ਢਿੱਲੋਂ ਭੇਦ ਛੁਪਾ ਗਿਆ ਸੀਨੇ ਵਿੱਚ ਸਾਰੇ ਇਹ 31 ਦਸੰਬਰ ਨੂੰ ਮੈਨੂੰ ਸੁਪਨਾ ਆਉਂਦਾ ਤੇ ਮੈਂ ਸੋਚਦਾ ਵੀ ਘਰ ਵਾਲੀ ਨੂੰ ਨਾ ਹੀ ਦੱਸਾਂ ਤੇ ਚੰਗੀ ਗੱਲ ਆ ਜੇ ਦੱਸ ਦਿੱਤਾ ਤੇ ਉਹਨੇ ਆਖਣਾ ਵੀ ਇਹ ਸਾਰਾ ਕੁਝ ਘਰ ਆ ਜੋ ਵੀ ਬਹੁਤ ਮਿਹਰਬਾਨੀ ਜੀ ਤੁਸੀਂ ਹਾਸ ਰਸ ਦੀ ਇਹ ਵਨਗੀ ਜਿਹੜੀ ਹੈਗੀ ਹੈ ਬਹੁਤ ਹੀ ਸਮੇਂ ਸਿਰ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਸੁਣਾਤੀ ਹੈ ਔਰ ਮੈਨੂੰ ਲੱਗਦੀ ਤੁਸੀਂ ਨਹੀਂ ਇਹ ਬਹੁਤ ਸਾਡੇ ਸੁਣਨ ਵਾਲੇ ਮੈਨੂੰ ਆਪਣੇ ਆਪ ਵਿੱਚ ਵੀ ਲੱਗਦਾ ਵੀ ਅਸੀਂ ਇਹੋ ਜਿਹੇ ਲਾਰੇ ਲੱਪੇ ਜਿਹੜੇ ਹੈਗੇ ਆ ਸਾਰੇ ਸੰਸਾਰ ਵਿੱਚ ਜਿੰਨਾ ਵੀ ਤੁਹਾਡੇ ਕੋਲੋਂ ਚੱਲਦਾ ਹੈਗਾ ਵੀ ਅਗਲੇ ਸਾਲ 'ਚ ਕਰਾਂਗੇ ਅਗਲੀ ਵਾਰੀ ਕਰਾਂਗੇ ਇਹੋ ਜਿਹੇ ਜਿਹੜੇ ਆਨੇ ਬਹਾਨੇ ਜਿਹੜੇ ਹੈਗੇ ਨੇ ਇਨਸਾਨ ਕੁਦਰਤੀ ਤੌਰ ਦੇ ਉੱਪਰ ਬਣਾਉਂਦਾ ਰਹਿੰਦਾ ਕੋਈ ਚੀਜ਼ਾਂ ਨੂੰ ਟਾਲਣ ਵਾਸਤੇ ਬਹੁਤ ਮਿਹਰਬਾਨੀ ਦੋਸਤੋ ਬਹੁਤ ਚੰਗਾ ਲੱਗਿਆ ਗੁਰਸੇਵਕ ਸਿੰਘ ਜੀ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਫਿਰ ਵੀ ਕਿਸੇ ਨੇ ਕਿਸੇ ਵੇਲੇ ਸਬੱਬ ਬਣਿਆ ਤੁਹਾਡੇ ਨਾਲ ਫਿਰ ਸੰਪਰਕ ਕਰਾਂਗੇ ਤੇ ਮੈਂ ਆਪਣੇ ਵੱਲੋਂ ਅਦਾਰਾ ਚੰਦ ਪ੍ਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਵਿੱਚ ਜੁੜੇ ਹੋਏ ਬੇਅੰਤ ਸੂਝਵਾਨ ਸਰੋਤਾਂ ਦੀ ਤਰਫੋਂ ਗੁਰਸੇਵਕ ਢਿੱਲੋਂ ਜੀ ਜੋ ਕਵੀਸ਼ਰੀ ਕਰਦੇ ਨੇ ਉਹਨਾਂ ਦਾ ਇੱਕ ਜਥਾ ਹੈ ਉਹ ਜਥੇ ਦੇ ਨਾਲ ਉਹ ਆਪਣੇ ਕੀਰਤਨ ਜਿਹੜਾ ਹੈਗਾ ਸੁਣਾਉਂਦੇ ਨੇ ਅੱਜ ਉਹ ਸਾਰਾ ਕੁਝ ਤਾਂ ਸੰਭਵ ਨਹੀਂ ਸੀਗਾ ਲੇਕਿਨ ਉਹਨਾਂ ਨੇ ਆਪਣੇ ਨਮੂਨੇ ਫਿਰ ਵੀ ਕਵੀਸ਼ਰੀ ਦੇ ਨਮੂਨੇ ਜਿਹੜੇ ਹੈਗੇ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਕੋਲੋਂ ਵੀ ਸਮਾਂ ਦੱਸ ਰਿਹਾ ਮੈਨੂੰ ਸੂਈਆਂ ਜਿਹੜੀਆਂ ਹੈਗੀਆਂ ਨੇ
ਇਜਾਜ਼ਤ ਲੈਣ ਦਾ ਟਾਈਮ ਆ ਗਿਆ। ਅਗਲੇ ਪ੍ਰੋਗਰਾਮ ਦੀ ਦਾਵਤ ਦਿੰਦਾ ਹੋਇਆ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਮਿਹਰਬਾਨੀ ਜੀ, ਰੱਬ ਰਾਖਾ ਜੀ, ਸ਼ੁਕਰੀਆ ਜੀ। ਤੇ ਜੇ ਤੁਸੀਂ ਅਜੇ ਤੱਕ ਮੇਰੇ ਨਾਲ ਜੁੜੇ ਹੋਏ ਹੋ ਗੁਰਸੇਵਕ ਜੀ, ਤੇ ਲਾਈਨ ਦੇ ਉੱਪਰ ਬਣੇ ਰਹਿਣਾ ਜੀ। ਮਿਹਰਬਾਨੀ ਜੀ, ਸ਼ੁਕਰੀਆ ਜੀ।